किथे जाना? कैनेडा। ऑस्ट्रेलिया। कैनेडा। बाहर दे पेपर पढ़ते हैं, रेडी टू गो। बुंदा पानी में क्या कहूँगी? ड्रिजलिंग, इट्स ड्रिजलिंग। उधर देख लो। फिर वाइल्स दी स्टूडेंट है ना? इन्हें क्या बैंड आ जाने? आ जाएंगे सात आठ। पर मैं स्पोकन इंग्लिश का कोर्स कर रही हूँ। की लोड पैगी? फ्लो बढ़िया बनाने लई। फिर मजाक उड़ाते, अच्छा तू भी इंग्लिश बोलने लग गई। ओके लेट्स टॉक इन इंग्लिश। मैनू इन्नी की आ गई। ਤੁਹਾਨੂੰ ਬ੍ਰਾਈਟ ਫਿਊਚਰ ਬਾਹਰ ਲੱਗਦਾ ਹੈ? ਹਾਂਜੀ, ਦਿਨੋਂ ਸਿਆਂ ਚ। ਹਾਂਜੀ, ਰਾਮ ਇਸ ਈਟਿੰਗ ਫਰੂਟ। ਨਹੀਂ ਨਹੀਂ ਨਹੀਂ, ਡਾਕਟਰ ਇਸ ਗੋਇੰਗ ਟੂ ਹਸਪੀਟਲ। ਤੁਸੀਂ ਜੋ ਸਿੱਖਿਆ ਬੋਲੋ। ਕਾਪੀ ਲੈ ਕੇ ਆਉਣੀ ਪੈਣੀ। ਮੈਂ ਮੇਰਾ ਹੁਣੇ ਵੀਜ਼ਾ ਆਇਆ ਰੀਸੈਂਟਲੀ। ਕਿੱਥੇ ਚੱਲੇ ਹੋ? ਮੈਂ ਕੈਨੇਡਾ ਹੀ ਪੜ੍ਹਦੀ ਹਾਂ। ਬੰਨੇ ਲਾਉਣੇ ਪੈਸੇ ਤੇ ਜਾਣਾ ਯਾਰਾਂ ਲਈ। ਵਾਹ, ਗਵਰਨਮੈਂਟ ਜੋਬਸ ਸੀਗੀਆਂ ਇਹਨਾਂ, ਤੁਹਾਨੂੰ ਪਤਾ ਜ਼ਿਆਦਾ ਹੈ ਕੰਪੀਟੀਸ਼ਨ, ਬਹੁਤ ਜ਼ਿਆਦਾ ਹੈ। ਤੁਸੀਂ, ਤੁਹਾਡਾ ਫੈਸਲਾ ਸੀ ਫੈਮਿਲੀ 'ਚੋਂ ਵੀ ਗਏ ਹੋਏ ਨੇ ਕਿ ਯਾਰਾਂ ਦੇ ਕਰਕੇ ਚੱਲੇ? ਯਾਰਾਂ ਕਰਕੇ ਚੱਲੇ। ਇੱਕ ਗੱਲ ਹੈ ਮੈਡਮ, ਇੱਥੇ ਨਾ ਮਿਹਨਤ ਦਾ ਮੁੱਲ ਨਹੀਂ ਹੈ। ਆਪਾਂ 5 ਸਾਲ ਜੇ ਡਟ ਕੇ ਲਾ ਲਈਏ ਤਾਂ ਕਿਤੇ ਸਟੈਂਡ ਹੋ ਸਕਦੇ ਹਾਂ ਆਪਾਂ। ਇੰਡੀਆ 'ਚ 5 ਸਾਲਾਂ 'ਚ ਤਾਂ ਨਹੀਂ ਕੁਛ ਹੋ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਨੀਲਮ ਕੁਈਨ, ਪ੍ਰਾਈਮ ਵਿਊਜ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਅੱਜ ਮੈਂ ਥੋੜ੍ਹਾ ਨਾ ਦਿਨੇ ਹੀ ਆ ਗਈ ਹਾਂ ਮਾਰਕੀਟ ਦੇ ਵਿੱਚ, ਕਿਉਂਕਿ ਇਸ ਵੇਲੇ ਕਲਾਸਿਸ ਚੱਲਦੀਆਂ ਹੁੰਦੀਆਂ ਕਾਲਜ ਸਕੂਲ ਦੀਆਂ, ਨਹੀਂ ਆਇਲਸ ਦੀਆਂ, ਅਤੇ ਮੈਂ ਇਸੇ ਲਈ ਮਾਰਕੀਟ ਦੇ ਵਿੱਚ ਹਾਂ ਕਿਉਂਕਿ ਮੋਹਾਲੀ ਦੇ ਵਿੱਚ ਆਇਲ ਸੈਂਟਰ ਬਹੁਤ ਹੀ ਜ਼ਿਆਦਾ ਆ। ਇੱਥੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਮੈਂ ਪੁੱਛਣਾ ਆ ਕਿ ਤੁਹਾਨੂੰ ਚਾਅ ਕਿੱਥੋਂ ਆਇਆ ਬਾਹਰ ਜਾਣ ਦਾ, ਆਇਲਸ ਕਰਨ ਦਾ? ਟੱਬਰ ਦੇ ਵਿੱਚ ਵੀ ਕੋਈ ਪਹਿਲਾਂ ਬਾਹਰ ਗਿਆ ਹੋਇਆ ਆ, ਜਾਂ ਵੈਸੇ ਇੱਕ ਹੈਗਾ ਨਾ ਕਿ ਨਹੀਂ ਬਾਹਰ ਜਾ ਕੇ ਆਪਾਂ ਪੈਸੇ ਕਮਾਉਣੇ ਆ, ਇੰਡੀਆ ਆ ਕੇ ਐਸ਼ ਕਰਨੀ ਆ, ਕੀ ਉਹਨਾਂ ਦਾ ਮਤਲਬ ਕਿ ਸੋਚਣੀ ਹੈਗੀ ਆ ਇਸ ਦੇ ਬਾਰੇ? ਗੱਲਾਂ ਬਾਤਾਂ ਕਰਦੇ ਹਾਂ, ਚੱਲਦੇ ਹਾਂ, ਜਿਹੜੇ ਵੀ ਇੱਥੇ ਲੋਕ ਮਿਲੇ ਜਾਂ ਸਟੂਡੈਂਟਸ ਮਿਲੇ ਗੱਲਾਂ ਬਾਤਾਂ ਕਰਦੇ ਹਾਂ। ਕਿੱਦਾਂ ਜੀ, ਠੀਕ ਹੋ? ਯੈਸ ਜੀ। ਕਿੱਥੋਂ ਦੇ ਹੋ? ਮੋਹਾਲੀ ਤੋਂ। ਬੈਕਗਰਾਊਂਡ? ਭਾਗੋ ਮਾਜਰਾ। ਉਹ ਕਿੱਧਰ ਪੈਂਦਾ? ਲਾਂਡਰ ਸਾਈਡ, ਮਤਲਬ ਇੱਧਰ ਲਾਗੇ ਦੇ ਹੀ ਹੋ? ਹਾਂ। ਤੁਸੀਂ? ਮੈਂ ਰਾਜਪੁਰ ਵਾਲੀ ਸਾਈਡ ਤੋਂ, ਵਿਲੇਜ ਮਰਦਮਪੁਰ। ਹਾਂ, ਅਸੀਂ ਲਖਨੌਰ ਤੋਂ। ਅੱਛਾ, ਲਖਨੌਰ ਤੋਂ। ਇੱਧਰ ਕੀ ਕਰਦੇ ਹੋ? ਅਸੀਂ ਪੜ੍ਹਨ ਆ ਰਹੇ ਹਾਂ। ਕੀ ਪੜ੍ਹਦੇ ਹੋ? ਪੀਟੀ ਪੜ੍ਹਦੇ ਹਾਂ। ਅੱਛਾ ਜੀ, ਤੁਸੀਂ? ਮੈਂ ਵੀ ਪੀਟੀ ਕਰ ਰਹੀ ਹਾਂ। ਆਇਲਸ? ਅੱਛਾ, ਬਾਹਰ ਜਾਣ ਵਾਲੇ ਹੀ ਆ, ਹੈ ਨਾ ਸਾਰੇ? ਕਿੱਥੇ ਜਾਣਾ? ਕੈਨੇਡਾ। ਆਸਟ੍ਰੇਲੀਆ? ਕੈਨੇਡਾ। ਇਹ ਦੋ ਕੈਨੇਡਾ ਵਾਲੇ, ਤੁਸੀਂ ਆਸਟ੍ਰੇਲੀਆ ਸਲਾਹ ਨਹੀਂ ਕੀਤੀ ਕਿ ਆਪਾਂ ਇੱਕੋ ਜਗ੍ਹਾ ਚੱਲਦੇ ਹਾਂ? ਹਾਂਜੀ, ਮੇਰੇ ਦੀਦੀ ਹੈਗੇ ਨੇ ਨਾ ਆਸਟ੍ਰੇਲੀਆ, ਸਰ ਕੇ ਮੈਂ ਆਸਟ੍ਰੇਲੀਆ ਜਾਣ। ਅੱਛਾ, ਆਇਲਸ ਕਰਕੇ ਜਾਣਾ ਸੌਖਾ ਆ ਜਾਂ ਉੱਥੇ ਸਪੋਂਸਰ ਆ ਜਾਵੇ ਤਾਂ ਸੌਖਾ? ਕੀ ਲੱਗਦਾ? ਮੈਨੂੰ ਲੱਗਦਾ ਆਪ ਕਰਕੇ ਜਾਣਾ ਸੌਖਾ ਹੈ। ਸੌਖਾ ਆ? ਹਾਂਜੀ, ਸੌਖਾ ਹੈ ਨਹੀਂ, ਮਤਲਬ ਆਪਾਂ ਨੂੰ ਹੁੰਦਾ ਨਾ ਵੀ ਆਪਾਂ ਕਰ, ਹਾਂਜੀ, ਆਪ ਕਰਕੇ ਜਾਈਏ। ਹਾਂ, ਕਿੰਨਾ ਟਾਈਮ ਹੋ ਗਿਆ ਕਲਾਸਿਸ ਲਗਾਉਂਦਿਆਂ ਨੂੰ? ਹਾਲੇ ਤਾਂ ਮੈਨੂੰ 1 ਵੀਕ ਹੀ ਹੋਇਆ। ਅੱਛਾ, ਮਤਲਬ ਕੀ ਇੰਪਰੂਵਮੈਂਟ ਆਈ ਜਾਂ ਵੈਸੇ ਕਿ ਐਗਜ਼ਾਮ ਦੇਣਾ ਉਹਦੇ ਲਈ ਤਿਆਰੀ ਹੋ ਰਹੀ? ਹਾਂਜੀ, ਬਹੁਤ ਇੰਪਰੂਵਮੈਂਟ ਆਈ ਹੈ, ਜਿਵੇਂ ਨਾ ਇੰਗਲਿਸ਼ 'ਚ ਵੀ ਵਿੱਚ ਪਹਿਲਾਂ ਤੋਂ ਮਤਲਬ ਬਹੁਤ ਸਕੂਲ ਕਾਲਜ 'ਚ ਆਪਣੀ ਇੰਨੀ ਛੋਟੀ ਮਿਸਟੇਕਸ ਨਹੀਂ ਕੱਢਦੇ ਦਿੰਦੇ ਆਪਾਂ ਨੂੰ, ਇੱਥੇ ਪਤਾ ਲੱਗਦਾ ਵੀ ਹਾਂ ਕਿੰਨੀ ਗਰਾਮਰ ਮਿਸਟੇਕ ਹੁੰਦੀ ਆ, ਸਪੈਲਿੰਗ ਮਿਸਟੇਕ, ਇੱਥੇ ਇਨ ਚੀਜ਼ਾਂ 'ਚ ਪਤਾ ਲੱਗਦਾ ਜ਼ਿਆਦਾ। ਬਹੁਤ ਇੰਪਰੂਵਮੈਂਟ ਆਈ ਹੈ ਇੰਨੇ ਕੁ ਦਿਨਾਂ 'ਚ। ਸਕੂਲ ਵਾਲੇ ਤੁਹਾਨੂੰ ਟੀਚਰ ਆਪਣੇ ਇੰਗਲਿਸ਼ ਵਾਲੇ ਯਾਦ ਆਉਂਦੇ? ਉਦੋਂ ਧਿਆਨ ਨਾਲ ਸੁਣਿਆ ਹੁੰਦਾ ਅਤੇ ਆਹ ਚੀਜ਼ਾਂ ਉਦੋਂ ਪਤਾ ਲੱਗ ਜਾਂਦੀ ਹੁੰਦਾ? ਹਾਂਜੀ। ਕਿਹੜੀਆਂ ਕਿਹੜੀਆਂ ਚੀਜ਼ਾਂ ਚੇਤੇ ਆਉਂਦੀਆਂ ਮੈਡਮ ਦੀਆਂ? ਮਤਲਬ ਉਹਨਾਂ ਦੀਆਂ ਗੱਲਾਂ ਵੀ ਜਿਵੇਂ ਕਹਿੰਦੇ ਸੀ ਪੜ੍ਹ ਲਓ, ਉਦੋਂ ਇੰਨਾ ਧਿਆਨ ਨਹੀਂ ਸੀ ਦਿੱਤਾ ਵੀ ਇੰਗਲਿਸ਼ ਦੀ ਇੰਨੀ ਵੈਲਿਊ ਹੈ, ਬਟ ਹੁਣ ਪਤਾ ਲੱਗਦਾ ਹੈ ਜਿਵੇਂ ਆਇਲਸ ਕਰਦੇ ਹਾਂ ਵੀ ਇੰਗਲਿਸ਼ ਦੀ ਕੀ ਵੈਲਿਊ ਹੈ। ਉਦੋਂ ਤਾਂ ਐਵੇਂ ਲੱਗਦਾ ਸੀ ਵੀ ਵੈਸੇ ਹੀ ਹੈ, ਵੇ ਦੀ ਕਿਹੜੇ ਅੱਗੇ ਲੋੜ ਪੈਣੀ ਹੈ, ਸਬਜੈਕਟ ਹੀ ਹੈ ਇੱਕ, ਪਹਿਲਾ ਸਬਜੈਕਟ ਲੱਗਦਾ ਸੀ। ਤੁਹਾਨੂੰ ਕੀ ਚੇਤੇ ਆਉਂਦਾ ਟੀਚਰ ਦਾ? ਗੱਲਾਂ ਯਾਦ ਆਉਂਦੀਆਂ ਨੇ। ਅੱਛਾ, ਅਤੇ ਲਾਈਕ ਇਹ ਤੁਹਾਡਾ ਫੈਸਲਾ ਆ ਤੁਸੀਂ ਜਾਣਾ ਆ ਕੈਨੇਡਾ ਜਾਣਾ ਆ, ਜਾਂ ਫੈਮਿਲੀ ਦਾ, ਜਾਂ ਕੋਈ ਫੈਮਿਲੀ 'ਚ ਗਿਆ ਹੋਇਆ ਪਹਿਲਾਂ? ਫੈਮਿਲੀ 'ਚ ਗਿਆ ਹੋਇਆ। ਤੁਹਾਡਾ ਫੈਸਲਾ ਵੀ ਸੀਗਾ? ਹਾਂਜੀ। ਕੀ ਸੋਚਿਆ ਉੱਥੇ ਜਾ ਕੇ ਕੀ ਕਰਨਾ? ਸਟੱਡੀ ਕਰਨੀ ਆ, ਫਿਰ ਆਪਣਾ ਕੰਮ ਲੱਭ ਲੈਣਾ। ਤੁਸੀਂ? ਮੇਰਾ ਵੈਸੇ ਫੈਮਿਲੀ ਦਾ ਫੈਸਲਾ ਸੀਗਾ ਇਹ ਵੀ ਹਾਂ ਮੈਂ ਕਰਨਾ, ਕਿਉਂਕਿ ਮੇਰਾ ਰੀਸੈਂਟਲੀ ਮੇਰਾ ਬ੍ਰਦਰ ਗਿਆ, ਉਹ ਵੀ ਇੱਥੋਂ ਹੀ ਗਿਆ ਸੀ ਇੰਸਟੀਟਿਊਟ ਤੋਂ, ਪਰ ਮੈਂ ਤਾਂ ਮਾਸਟਰਸ ਕੀਤੀ ਆ, ਮੇਰਾ ਪਹਿਲਾਂ ਇਹੀ ਸੀ ਮੈਂ ਇੱਥੇ ਹੀ ਕਰਨਾ, ਬਟ ਇੱਥੇ ਫਲੇ ਹੁਣ ਐਂ ਲੱਗਿਆ ਵੀ ਕੁਛ ਬਣ ਨਹੀਂ ਰਿਹਾ, ਫਿਰ ਸੋਚਿਆ ਬਾਹਰ ਜਾਣ। ਮਤਲਬ ਤੁਹਾਨੂੰ ਬ੍ਰਾਈਟ ਫਿਊਚਰ ਬਾਹਰ ਲੱਗਦਾ? ਹਾਂਜੀ, ਆਸਟ੍ਰੇਲੀਆ 'ਚ। ਹਾਂਜੀ। ਅੱਛਾ, ਅਤੇ ਤੁਸੀਂ, ਤੁਹਾਡਾ ਫੈਸਲਾ ਜਾਂ ਕਿੱਦਾਂ? ਲਾਈਕ ਇੱਕ ਹੁੰਦਾ ਨਾ ਕਿ ਜਾ ਰਹੇ ਆ ਸਾਰੇ, ਆਪਾਂ ਵੀ ਚੱਲਦੇ ਹਾਂ ਉੱਥੇ, ਸੋਹਣੀਆਂ ਸੋਹਣੀਆਂ ਫੋਟੋਆਂ ਵੀਡੀਓ ਪਾਵਾਂਗੇ? ਨਹੀਂ, ਇਹ ਮੇਰਾ ਖੁਦ ਦਾ ਫੈਸਲਾ ਸੀ, ਕਿਉਂਕਿ ਮੈਨੂੰ ਅੱਗੇ ਸਟੱਡੀਜ਼ ਲਈ ਬਾਹਰ ਜਾਣਾ ਹੈ, ਉੱਥੇ ਜਾ ਕੇ ਕਰਨਾ ਹੈ, ਕਿਉਂਕਿ ਇੱਥੇ ਮੈਨੂੰ ਲੱਗਦਾ ਕੁਛ ਹੈ ਨਹੀਂ ਹੈਗਾ, ਐਵੇਂ ਸਟੱਡੀ ਵਧੀਆ ਨਹੀਂ ਹੈਗੀ, ਤਾਂ ਕਰਕੇ ਮੇਰਾ ਹੀ ਫੈਸਲਾ ਸੀ। ਹਾਂ ਹਾਂ ਹਾਂ। ਹਾਂਜੀ। ਕਿੰਨੇ ਕੁ ਬੈਂਡ ਆ ਜਾਣੇ?
ਆ ਜਾਣਗੇ 7-8 ਓਕੇ ਠੀਕ ਹੈ ਤੇ ਤੁਸੀਂ ਕੀ ਕਰਨਾ ਬਾਹਰ ਜਾ ਕੇ ਸੋਚਿਆ ਕੁਛ ਹੁੰਦਾ ਨਾ ਬੰਦੇ ਦੇ ਜਦੋਂ ਮੈਂ ਕੈਨੇਡਾ 'ਚ ਪੈਰ ਰੱਖ ਲਿਆ ਨਾ ਮੈਂ ਆਹ ਚੀਜ਼ਾਂ ਕਰਨੀਆਂ ਸੋਚਿਆ ਹੋਇਆ ਹਾਂਜੀ ਕੀ ਸੋਚਿਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸਟੱਡੀਜ਼ ਕੰਪਲੀਟ ਕਰਨੀ ਆ ਉਸ ਤੋਂ ਬਾਅਦ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਸੋ ਉਸ ਤੋਂ ਬਾਅਦ ਤਾਂ ਕਿ ਮੈਂ ਆਪਣੀ ਲਾਈਫ ਸੈੱਟ ਕਰ ਸਕਾਂ ਬਾਹਰ ਜਾ ਕੇ ਆਪਣੀ ਫੈਮਿਲੀ ਲਈ ਵੀ ਕੁਛ ਕਰ ਸਕਾਂ ਇਸ ਲਈ ਤੁਸੀਂ ਕੀ ਸੋਚਿਆ ਕੀ ਕਰਨਾ ਜਾ ਕੇ ਬਸ ਐਂ ਆਪਣੀ ਫੈਮਿਲੀ ਖੁਦ ਤੇ ਬਸ ਇੰਡੀਪੈਂਡੈਂਟ ਹੋ ਜਾਈਏ ਖੁਦ ਕੁਛ ਕਰ ਲਈਏ ਤੁਸੀਂ ਕੰਮ ਕਾਰ ਕੋਈ ਸੋਚਿਆ ਕਿ ਵੈਸੇ ਕੋਈ ਵੀ ਮਿਲ ਜੇ ਕਰ ਲੈਣਾ ਮੈਂ ਪਿੰਡ ਤੋਂ ਆ ਮੈਂ ਦਾਉਂ ਪਿੰਡ ਰਹਿੰਦੀ ਆ ਵੀ ਆਰ ਪੰਜਾਬ ਮੋਰ ਬੈਕਗਰਾਉਂਡ ਇੱਥੋਂ ਦਾ ਹੀ ਹੈ ਹਾਂਜੀ ਕੀ ਕਰਦੇ ਹੋ ਤੁਸੀਂ ਵੀ ਮੈਨੂੰ ਲੱਗਦਾ ਸਾਰੇ ਆਇਲਸ ਵਾਲੇ ਹੀ ਆ ਸਟੂਡੈਂਟ ਹੀ ਆ ਪਰ ਮੈਂ ਸਪੋਕਨ ਇੰਗਲਿਸ਼ ਦਾ ਕੋਰਸ ਕਰ ਰਹੀ ਹਾ
ਫਲੋ ਬਣਾਉਣ ਦੇ ਲਈ ਕਹਿੰਦੇ ਬੋਲਣਾ ਪੈਂਦਾ, ਬੋਲਦੇ ਹੋ ਕਿਸੇ ਦੇ ਨਾਲ ਇੰਸਟੀਚਿਊਟ ਤੋਂ ਇਲਾਵਾ? ਨਹੀਂ, ਫੋਬੀਆ ਜਿਹਾ ਹੈ ਨਾ। ਹਾਂਜੀ, ਫੋਬੀਆ ਕਿ ਕਾਹਤੋਂ ਡਰ ਜਿਹਾ ਲੱਗਦਾ ਰਹਿੰਦਾ, ਐਂ ਹੁੰਦਾ ਰਹਿੰਦਾ ਹੈ ਨਾ ਕਿ ਯਾਰ ਜੇ ਕਿਸੇ ਮੂਹਰੇ ਬੋਲੀ ਹੋਈ ਐਵੇਂ ਨੁਕਸ ਜਿਹਾ ਕੱਢਦੇ ਰਹਿੰਦਾ। ਹਾਂਜੀ, ਇਵੇਂ ਹੀ ਹੁੰਦਾ, ਫਿਰ ਮਜ਼ਾਕ ਉਡਾਉਂਦੇ, ਅੱਛਾ ਤੂੰ ਵੀ ਇੰਗਲਿਸ਼ ਬੋਲਣ ਲੱਗ ਗਈ। ਅੱਛਾ, ਕਦੀ ਕਿਸੇ ਦੇ ਮੂਹਰੇ ਬੋਲੀ ਕਿ ਆਪਣੇ ਆਪ ਨੂੰ ਹੋਵੇ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਬੋਲਦੀ? ਹਾਂਜੀ, ਇਸੇ ਕਰਕੇ ਤਾਂ ਬੋਲਦੀ ਹੁੰਦਾ ਕਿ ਕੁਛ ਗਲਤ ਨਾ ਹੋ ਜਾਵੇ। ਪੰਜਾਬੀ ਦੇ ਵਿੱਚ ਵਧੀਆ ਫਲੋ ਹੈ ਨਾ ਬਣਿਆ ਹੋਇਆ। ਓਕੇ, ਲੈਟਸ ਟਾਕ ਇਨ ਇੰਗਲਿਸ਼। ਮੈਨੂੰ ਇੰਨੀ ਕੀ ਆਉਂਦੀ ਆ, ਇੰਨੀ ਕੀ ਆਉਂਦੀ, ਮੇਰੀ ਇਹ ਤੋਂ ਬਾਅਦ ਮੁੱਕ ਗਈ, ਅੱਗੇ ਤੁਹਾਡੀ ਵਾਰੀ ਸੀਗੀ। ਅੱਛਾ, ਤੁਸੀਂ? ਹਾਂਜੀ ਮੈਮ, ਮੈਂ ਆਇਲਸ ਸਟੂਡੈਂਟ ਹਾਂ। ਹਾਂਜੀ, ਕਿੱਥੇ ਜਾਣਾ? ਯੂਕੇ। ਯੂਕੇ, ਤੁਸੀਂ? ਮੈਂ ਆਈਲੈਟਸ ਸਟੂਡੈਂਟ ਹਾਂ ਤਾਂ ਯੂਕੇ ਹੀ ਜਾਣਾ। ਯੂਕੇ ਜਾਣਾ? ਹਾਂਜੀ। ਤੁਸੀਂ ਨਹੀਂ ਕਿਤੇ ਜਾਣਾ? ਨਹੀਂ, ਮੈਂ ਕਿੱਥੇ ਜਾਣਾ ਅੰਗਰੇਜ਼ੀ ਸਿੱਖ ਕੇ? ਨਹੀਂ, ਮੈਂ ਵਧੀਆ ਨੌਕਰੀ ਕਰੂੰਗੀ ਨਾ ਫਿਰ। ਤੇ ਉਹ ਤਾਂ ਅੰਗਰੇਜ਼ੀ ਤੋਂ ਬਿਨਾਂ ਵੀ ਵਧੀਆ ਨੌਕਰੀ ਬੰਦਾ ਕਰ ਸਕਦਾ ਆ। ਉਹ ਹੁੰਦਾ ਤਾਂ ਹੈ, ਪਰ ਇੰਟਰਵਿਊਜ਼ ਦੇ ਵਿੱਚ ਜਿਵੇਂ ਹੁੰਦਾ ਹੈ ਵੀ ਹਾਂ ਵੀ ਦੂਜਿਆਂ ਨੂੰ ਲੜ ਪਾਓ, ਤੁਸੀਂ ਮੈਂ ਪੰਜਾਬੀ ਨੂੰ ਸਪੋਰਟ ਕਰਦੀ ਹਾਂ, ਮੈਂ ਤਾਂ ਪੰਜਾਬੀ ਦੀ ਧੱਕ ਪਾਉਣੀ ਆ। ਨਹੀਂ, ਬੋਲਦੀ ਮੈਂ ਪੰਜਾਬੀ ਹੋਈ ਹੈ। ਹਾਂ, ਕਿਤੇ ਵੀ ਇੰਟਰਵਿਊਜ਼ ਦੇ ਵਿੱਚ ਇਹ ਤਾਂ ਬਸ ਸ਼ੌਂਕ ਸੀ, ਵਿਹਲੇ ਸੀਗੇ, ਚਲੋ ਲੱਗ, ਚਲੋ ਲੈਂਗੁਏਜ ਆ ਸਿੱਖਣੀ ਚਾਹੀਦੀ ਆ, ਇਹ ਤਾਂ ਹਾਂ, ਵਿਹਲੇ ਸੀਗੇ, ਸੋਚਿਆ ਚਲੋ ਲੱਗ ਜਾਓ ਸਪੋਕਨ, ਫਿਰ ਘਰੇ ਪ੍ਰੈਕਟਿਸ ਕਰ ਲੈਣੀ ਸੀ। ਨਹੀਂ, ਫਿਰ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਕਿ ਹੋਗ ਗਲੋਬਲ ਹੈ ਇੱਥੇ, ਮੈਮ ਬੜਾ ਵਧੀਆ ਸਿਖਾਉਂਦੇ ਆ, ਫਿਰ ਮੈਂ ਸੋਚਿਆ ਕਿ ਨਹੀਂ, ਐਕਸਪੀਰੀਅੰਸ ਤਾਂ ਲੈਣਾ ਚਾਹੀਦਾ ਹੈ। ਅਤੇ ਮੈਮ ਤਾਂ ਫਿਰ ਅੰਗਰੇਜ਼ੀ 'ਚ ਗੱਲਾਂ ਮਾਰਦੇ ਕਿ ਨਹੀਂ? ਹਾਂਜੀ, ਆਪਾਂ ਨਹੀਂ, ਮੈਨੂੰ ਸਮਝ ਤਾਂ ਆ ਜਾਂਦੀ ਹੈ, ਆਪਾਂ ਵੀ ਥੋੜ੍ਹੀ ਬਹੁਤੀ ਟੁੱਟੀ ਭੱਜੀ ਜੀ ਬੋਲ, ਟੁੱਟੀ ਭੱਜੀ ਮੇਰੇ ਨਾਲ ਬੋਲੋ ਤਾਂ ਸਹੀ, ਮਾੜਾ ਜਿਹਾ ਆਪਸ 'ਚ ਗੱਲ ਕਰੋ ਨਾ ਮਾੜਾ ਜਿਹਾ। ਮੈਨੂੰ ਪਤਾ ਸੀ, ਕੀ ਪਤਾ ਸੀ, ਕੀ ਪਤਾ ਸੀ ਬਈ? ਨਹੀਂ, ਇਹ ਨਹੀਂ ਪਾਉਣੀ। ਦੋਕ ਦੋਕ ਲੈਣਾ, ਕਿਹੜੇ ਅੱਖਰ ਸਿੱਖੇ ਨੇ, ਕੀ ਸਿੱਖਿਆ? ਪਾਉਣੀ ਬਈ? ਨਹੀਂ, ਇਹ ਨਹੀਂ ਪਾਉਣੀ। ਰਾਮ ਇਸ ਈਟਿੰਗ ਫਰੂਟ। ਨਹੀਂ ਨਹੀਂ ਨਹੀਂ, ਡਾਕਟਰ ਇਸ ਗੋਇੰਗ ਟੂ ਹੋਸਪਿਟਲ। ਅੱਛਾ, ਇਹ ਵੀ ਪੜ੍ਹਦੇ ਹੁੰਦੇ ਸੀ ਨਾ ਆਪਾਂ, ਬੂੰਦਾ ਬਾਂਦੀ ਹੋ ਰਹੀ ਹੈ? ਨਹੀਂ, ਇਹ ਨਹੀਂ ਮੈਂ ਪੜ੍ਹਿਆ। ਇਹਦੀ ਅੰਗਰੇਜ਼ੀ ਬਣਾਓ। ਬੁੰਦਾ ਪੰਤੀ ਨੂੰ ਕੀ ਕਹੂੰਗੇ? ਡ੍ਰਿਜ਼ਲਿੰਗ, ਇਟਸ ਡ੍ਰਿਜ਼ਲਿੰਗ। ਉੱਧਰ ਦੇਖ ਲਓ, ਫਿਰ ਆਇਲਸ ਦੀ ਸਟੂਡੈਂਟ ਹੈ ਨਾ, ਮੈਨੂੰ ਅਜੇ ਹੈ ਅੰਗਰੇਜ਼ੀ ਆ, ਮੈਨੂੰ ਅਜੇ ਥੋੜਾ ਹੀ ਟਾਈਮ ਹੋਇਆ ਨਾ ਲੱਗੀ ਨੂੰ। ਤੁਸੀਂ ਜੋ ਸਿੱਖਿਆ ਉਹ ਬੋਲੋ। ਕਾਪੀ ਲੈ ਕੇ ਆਉਣੀ ਪੈਣੀ। ਅੱਛਾ, ਠੀਕ ਆ। ਅੱਛਾ, ਤੇ ਹੁਣ ਜਿੱਦਾਂ ਤੁਸੀਂ ਹੁਣ ਜੱਦੋ ਜਹਿਦ ਕਰ ਰਹੇ ਹੋ, ਮੱਥਾ ਮਾਰ ਰਹੇ ਹੋ ਅੰਗਰੇਜ਼ੀ ਦੇ ਨਾਲ, ਸਕੂਲ ਟਾਈਮ ਕਿਉਂ ਨਹੀਂ ਮਾਰਿਆ? ਸਕੂਲ ਟਾਈਮ ਬਸ ਮੌਜਾਂ ਕਰੀਆਂ, ਇੰਜੋਏ ਕਰਿਆ। ਨਹੀਂ, ਇਵੇਂ ਤਾਂ ਚਲੋ ਹੈਗਾ ਵਧੀਆ, ਪਰ ਐਕਸਪੀਰੀਅੰਸ ਦੇ ਲਈ ਜੇ ਦਿਲ ਕਰਿਆ ਫਿਰ ਆਇਲਸ ਵੀ ਲੱਗ ਜੂੰਗੀ ਕਰਨ, ਬਾਹਰ ਦਾ ਸੋਚ ਲਾਂਗੇ। ਹਾਂਜੀ, ਫਿਰ ਬਾਹਰ ਦਾ ਕੀ ਸੋਚਿਆ? ਆਇਲਸ ਛੱਡੋ, ਕੀ ਕਰਨੀ ਆ, ਇਹਨਾਂ ਨੇ ਤਾਂ ਆਇਲਸ ਕਰਕੇ ਚਲ ਜਾਣਾ, ਮੈਂ ਤਾਂ ਵਿਆਹ ਕਰਾ ਕੇ ਜਾਊਂਗੀ। ਨਹੀਂ, ਮੈਂ ਵਿਆਹ ਨਹੀਂ ਕਰਾਉਣਾ। ਉਹ ਤਾਂ ਕਦੀ ਤਾਂ ਕਰਾਉਂਗੇ। ਨਹੀਂ, ਜਾਊਂਗੀ ਆਪਣੇ ਉਹ 'ਤੇ ਹੀ ਜਾਊਂਗੀ ਦਮ 'ਤੇ, ਵਿਆਹ ਕਰਵਾ ਕੇ ਨਹੀਂ ਜਾਂਦੀ। ਅੱਛਾ, ਇਹਨਾਂ ਨੂੰ ਇਹ ਆ, ਬੜੇ ਚਲਾਕ ਨੇ ਨਾ, ਪਹਿਲਾਂ ਸਪੋਕਨ ਕਰਕੇ ਥੋੜ੍ਹੀ ਜਿਹੀ ਇੰਗਲਿਸ਼ ਵਧੀਆ ਕਰਕੇ ਫਿਰ ਆਇਲਸ ਕਰੂੰਗੀ, ਕਹਿਣਾ ਇਹਨੂੰ ਤਾਂ ਪਹਿਲਾਂ ਹੀ ਆਉਂਦੀ ਆ, ਹੈ ਨਾ? ਇਹ ਪਲਾਨ। ਹਾਂਜੀ, ਬਸ ਇਹੀ ਹੈ। ਅੱਛਾ, ਅਤੇ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਕੋਨਵੈਂਟ ਸਕੂਲ ਪੜ੍ਹੇ ਹੋ ਜਾਂ ਸਰਕਾਰੀ 'ਚ? ਮੈਮ, ਸਰਕਾਰੀ ਸਕੂਲ 'ਚ। ਸਰਕਾਰੀ 'ਚ ਪੜ੍ਹੇ ਹੋ? ਸਰਕਾਰੀ 'ਚ ਤੁਹਾਨੂੰ ਇੰਗਲਿਸ਼ ਪਹਿਲੀ ਜਮਾਤ ਤੋਂ ਹੀ ਲੱਗ ਗਈ ਸੀ ਕਿ ਛੇਵੀਂ 'ਚ ਲੱਗੀ ਸੀ? ਨਹੀਂ ਮੈਮ, ਫਸਟ ਤੋਂ ਹੀ। ਫਸਟ ਤੋਂ ਹੀ? ਤੁਸੀਂ ਕਿਹੜੇ ਸਕੂਲ? ਮੈਮ, ਮੈਂ CBSE ਬੋਰਡ ਤੋਂ, ਅਤੇ ਸਟਾਰਟਿੰਗ ਤੋਂ ਹੀ ਇੰਗਲਿਸ਼ ਸਬਜੈਕਟ ਹੁੰਦਾ ਅਤੇ ਉਹ 'ਤੇ ਫੋਕਸ ਕੀਤਾ ਜਾਂਦਾ। ਫਿਰ ਤਾਂ ਅੱਛੀ ਹੋਣੀ ਇੰਗਲਿਸ਼। ਹਾਂਜੀ, ਹੈਗੀ ਹੈ ਨਾ, ਬੋਲ ਹੀ ਲੈਂਦੇ, ਮਾੜੀਆਂ ਮੋਟੀਆਂ ਮਿਸਟੇਕਸ ਹੀ ਆਉਂਦੀਆਂ ਹੋਣੀਆਂ। Nobody is perfect, ਅਤੇ ਮਿਸਟੇਕਸ ਤਾਂ ਸਾਰਿਆਂ ਦੇ ਵਿੱਚ ਹੀ ਹੁੰਦੀਆਂ ਨੇ, ਅਤੇ ਓਬਵੀਅਸਲੀ ਉਹਨਾਂ ਤੋਂ ਸਿੱਖਣ ਤੋਂ ਮੌਕਾ ਮਿਲਦਾ। ਅੱਛਾ, ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਗੌਰਮੈਂਟ ਸਕੂਲ 'ਚ ਪੜ੍ਹੇ ਹੋ, ਹੈ ਨਾ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕੋਨਵੈਂਟ 'ਚ ਪੜ੍ਹੇ ਹੁੰਦੇ ਆ ਉਹਨਾਂ ਦਾ ਬੇਸ ਅੱਛਾ ਹੁੰਦਾ ਇੰਗਲਿਸ਼ ਦਾ ਜਾਂ ਸਰਕਾਰੀ ਵਾਲਿਆਂ ਦਾ?
ਉਹਨਾਂ ਦਾ ਜ਼ਿਆਦਾ ਅੱਛਾ ਹੁੰਦਾ ਹੈ ਮੈਨੂੰ ਕਿਉਂ ਕੀ ਰੀਜ਼ਨ ਹੋ ਸਕਦਾ ਇੰਗਲਿਸ਼ ਤਾਂ ਤੁਹਾਨੂੰ ਵੀ ਪਹਿਲੀ ਚੋਂ ਲੱਗੀ ਹੈ ਹਾਂਜੀ ਕਿ ਬੱਚੇ ਧਿਆਨ ਨਹੀਂ ਦਿੰਦੇ ਬਸ ਬੱਚੇ ਧਿਆਨ ਨਹੀਂ ਦਿੰਦੇ ਵੀ ਨਹੀਂ ਦਿੱਤਾ ਮੈਂ ਵੀ ਨਹੀਂ ਦਿੱਤਾ ਮੈਂ ਵੀ ਨਹੀਂ ਪੰਜਾਬੀ ਹੁੰਦੇ ਆ ਨਾ ਫਿਰ ਉਹਦੇ ਕਰਕੇ CBSE ਚ ਇਵੇਂ ਹੁੰਦਾ ਆ ਵੀ ਇੰਗਲਿਸ਼ ਮੀਡੀਅਮ ਹੀ ਹੁੰਦਾ ਆ ਸਾਇੰਸ ਦਾ ਵੀ ਹਾਂਜੀ ਸਭ ਕੁਝ ਤੇ ਪੰਜਾਬ ਬੋਰਡ ਚ ਹੋ ਗਿਆ ਜਿਵੇਂ ਗਵਰਨਮੈਂਟ ਸਕੂਲ ਦੇ ਵਿੱਚ ਪੰਜਾਬੀ ਮੀਡੀਅਮ ਹੁੰਦਾ ਹੈ ਨਾ ਤਾਂ ਫਿਰ ਉਹਦੇ ਕਰਕੇ ਇੰਗਲਿਸ਼ ਚ ਥੋੜਾ ਜਿਹਾ ਹੱਥ ਤੰਗ ਹੋ ਜਾਂਦਾ ਹੈ ਤੁਸੀਂ ਕਿਹੜੇ ਸਕੂਲ ਪੜ੍ਹੇ ਹੋ ਮੈਂ ਪ੍ਰਾਈਵੇਟ ਪੜ੍ਹੀ ਆ ਪਰ ਪੰਜਾਬ ਬੋਰਡ ਤੋਂ ਪੜ੍ਹੀ ਆ ਤਾਂ ਤੁਸੀਂ ਜੇ ਇਹ ਕਿੱਦਾਂ ਪ੍ਰਾਈਵੇਟ ਪੰਜਾਬ ਬੋਰਡ ਚ ਮਿਕਸ ਹੁੰਦਾ ਹੈ 50-50 ਹੁੰਦਾ ਹਾਂਜੀ ਮਤਲਬ ਕਿ ਮੈਂ ਫੀਸ ਦਿੱਤੀ ਹੈ ਸਰਕਾਰੀ ਨਹੀਂ ਸੀਗਾ ਹੈਗਾ ਪੰਜਾਬ ਬੋਰਡ ਸੀਗਾ ਹਾਂਜੀ CBSE ਨਹੀਂ ਸੀਗਾ ਠੀਕ ਹੈ ਠੀਕ ਹੈ ਤੇ ਜਿੱਦਾਂ ਇਹਨਾਂ ਨੇ ਤੁਸੀਂ ਕੈਨੇਡਾ ਜਾਣਾ UK ਤੇ ਤੁਸੀਂ ਵੀ UK ਜਾਣਾ ਜੇ ਤੁਸੀਂ ਸਪੋਕਨ ਕਰਕੇ ਮੁੜ ਕੇ ਆਇਲਸ ਕਰਨੀ ਫਿਰ ਕਿੱਥੇ ਜਾਣਾ ਫਿਰ ਤਾਂ ਸ਼ਾਇਦ ਕੈਨੇਡਾ ਦਾ ਹੀ ਹੋਵੇ ਕਿਉਂਕਿ ਉੱਥੇ ਹੀ ਗਏ ਹੋਏ ਆ ਕੈਨੇਡਾ ਹੀ ਬਾਕੀ ਹੋਰ ਸਾਡਾ ਕੋਈ ਰਿਲੇਟਿਵ ਨਹੀਂ ਕਿਤੇ ਗਿਆ ਹੋਇਆ ਅੱਛਾ ਤੇ ਤੁਹਾਨੂੰ ਕਿੱਥੋਂ ਚਾਹ ਆਇਆ ਕਿ ਮੈਂ ਵੀ ਬਾਹਰ ਜਾਣਾ ਜਿੱਦਾਂ ਹੁਣ ਸਾਰੇ ਜਾ ਹੀ ਰਹੇ ਆ ਉਸ ਵਜ੍ਹਾ ਦੇ ਕਰਕੇ ਫੈਮਿਲੀ 'ਚ ਕੋਈ ਗਿਆ ਜਾਂ ਤੁਹਾਨੂੰ ਲੱਗਿਆ ਕਿ ਮੇਰਾ ਫਿਊਚਰ ਬ੍ਰਾਈਟ ਉੱਧਰ ਆ ਬੇਸਿਕਲੀ ਉਰੇ ਇੰਡੀਆ ਦੇ ਵਿੱਚ ਇੰਪਲੋਇਮੈਂਟ ਨਹੀਂ ਆ ਤੇ ਫਸਟ ਥਿੰਗ ਇਜ਼ ਕਿ ਰਿਸਪੈਕਟ ਹੋਣੀ ਚਾਹੀਦੀ ਹੈ ਜੋ ਇੱਥੇ ਨਹੀਂ ਮਿਲਦੀ ਤਾਂ ਕਾਹਦੇ 'ਚ ਰਿਸਪੈਕਟ ਹੁਣ ਤੁਸੀਂ ਖੁਦ ਦੇਖ ਲਓ ਜਿਵੇਂ ਜੱਟਾਂ ਦੀਆਂ ਫੈਮਿਲੀਜ਼ ਹੁੰਦੀਆਂ ਨੇ ਉਹ ਜ਼ਿਆਦਾ ਮੇਲ ਡੋਮੀਨੈਂਸ ਸ਼ੋਅ ਕਰਦੀਆਂ ਤੇ ਉਹ ਇਕੁਐਲਿਟੀ ਨਹੀਂ ਮਿਲਦੀ ਤੇ ਤੁਸੀਂ ਕਿਸੇ ਅੱਗੇ ਹੱਥ ਮੰਗੋ ਹੱਥ ਕਰਕੇ ਪੈਸੇ ਮੰਗੋਗੇ ਆਈ ਡੋਂਟ ਬਿਲੀਵ ਇਨ ਦੈਟ ਤਾਂ ਖੁਦ ਇੰਡੀਪੈਂਡੈਂਟ ਹੋਣ ਵਾਸਤੇ ਤੇ ਓਬਵੀਅਸਲੀ ਫੋਰ ਫਰਦਰ ਸਟੱਡੀਜ਼ ਤੇ ਖੁਦ ਪੈਸੇ ਕਮਾਉਣ ਵਾਸਤੇ ਆਈ ਹੈਵ ਚੋਜ਼ਨ ਕਿ ਮੈਂ ਬਾਹਰ ਜਾਵਾਂ ਤੁਸੀਂ ਬਸ ਚੌਂਕ ਹੈ ਮੈਮ ਬਾਹਰ ਜਾਣਾ ਹਾਂਜੀ ਟੱਬਰ 'ਚੋਂ ਵੈਸੇ ਕੋਈ ਗਿਆ ਵਾ ਨਹੀਂ ਮੈਮ ਕੋਈ ਨਹੀਂ ਗਿਆ ਉਹ ਵੀ ਗੱਲ 'ਚ ਗੁੱਠੂ ਦੇਣਾ ਪਜਾਣਾ ਬਾਹਰ ਜਾਣਾ ਹੀ ਬਾਹਰ ਵਧੀਆ ਗੱਲ ਆ ਜਿਹੜੀ ਚੀਜ਼ ਤੁਸੀਂ ਠਾਣ ਲਓ ਤੇ ਉਹ ਪੂਰੀ ਹੁੰਦੀ ਹੈ ਪਰ ਉਹਦੇ ਪਿੱਛੇ ਮਿਹਨਤ ਵੀ ਕਿੰਨੇ ਬੈਂਡ ਲੈ ਲੈਣੇ ਆਇਲਸ 'ਚੋਂ ਹੈ ਤਾਂ ਹੈ ਮੈਮ 6.5 ਤੱਕ ਲੈ ਲਾਂਗੇ ਹੈ 4.5 ਸਪੋਕਨ ਵਾਲੀ ਨੇ 4.5 ਵੀ ਲੈਣੇ ਤੁਸੀਂ ਨਹੀਂ ਨਹੀਂ ਮੈਂ ਮੈਮ ਮੇਰਾ ਟਾਰਗੇਟ ਤਾਂ 7+ ਹੈ ਆਫ ਕੋਰਸ ਮੈਂ ਉਸ ਹਿਸਾਬ ਨਾਲ ਮਿਹਨਤ ਕਰ ਰਹੀ ਹਾਂ ਕੀ ਪਤਾ ਉਵੇਂ ਲੰਘ ਜੇ ਚਲੋ ਵਧੀਆ ਗੱਲ ਹੈ ਮੈਂ ਜਾਣਾ ਹੀ ਨਹੀਂ ਬਾਹਰ ਨਹੀਂ ਨਹੀਂ ਮੈਂ ਇਹ ਮੈਨੂੰ ਕਿਤੇ ਉੱਥੇ ਟੱਕਰੀ ਨਾ ਬਾਹਰ ਹਾਂ ਦੇਖ ਲਿਓ ਮੈਂ ਨਹੀਂ ਜਾਂਦੀ ਬਾਹਰ ਆਪਾਂ ਇੰਗਲਿਸ਼ 'ਚ ਗੱਲ ਕਰਾਂਗੇ ਤੁਸੀਂ 2 ਮਹੀਨੇ ਬਾਅਦ ਆਇਓ ਆਪਾਂ ਉਦੋਂ ਵੀ ਇੰਗਲਿਸ਼ 'ਚ ਗੱਲ ਕਰੂੰਗੇ ਠੀਕ ਹੈ ਮੈਂ ਨਹੀਂ ਨਾ ਕਰ ਰਹੀ ਸਪੋਕਨ ਤੁਸੀਂ ਕਰ ਰਹੇ ਹੋ ਮੈਂ ਪੰਜਾਬ ਬੋਰਡ ਤੋਂ ਪੜ੍ਹੀ ਹਾਂ ਮੈਂ ਵੀ ਪੰਜਾਬ ਬੋਰਡ ਤੋਂ ਹੀ ਪੜ੍ਹੀ ਹਾਂ ਚਲੋ ਮੈਨੂੰ ਚੰਗਾ ਲੱਗਾ ਜੀ ਗੱਲ ਕਰਕੇ ਤੁਹਾਨੂੰ ਗੁੱਡ ਲੱਕ ਆ ਸਾਰਿਆਂ ਨੂੰ ਫਿਊਚਰ ਲਈ ਥੈਂਕ ਯੂ ਕਿੱਦਾਂ ਜੀ ਠੀਕ ਹੋ ਹਾਂਜੀ ਵਧੀਆ ਤੁਸੀਂ ਦੱਸੋ ਬਹੁਤ ਹੀ ਵਧੀਆ ਕਿੱਥੋਂ ਦੇ ਹੋ ਤੁਸੀਂ ਮੈਂ ਬੇਸਿਕਲੀ ਮੈਂ ਹਰਿਆਣੇ ਤੋਂ ਹਾਂ ਬਟ ਮੈਂ ਮੋਹਾਲੀ 'ਚ ਮੈਰਿਡ ਹਾਂ ਕਿੰਨਾ ਟਾਈਮ ਹੋ ਗਿਆ ਮੋਹਾਲੀ ਵਿਆਹ ਨੂੰ 7 ਸਾਲ ਹਾਂਜੀ ਇੱਥੇ ਦਿਲ ਲੱਗਦਾ ਕਿ ਹਰਿਆਣੇ ਇੱਕੋ ਜੀ ਪਿੰਡ ਤਾਂ ਪਿੰਡ ਹੀ ਹੁੰਦਾ ਆ ਸ਼ਹਿਰ ਸ਼ਹਿਰ ਹੀ ਹੁੰਦਾ ਆ ਹਲੇ ਵੀ ਖਿੱਚ ਪਿੰਡ ਦੀ ਪੈਂਦੀ ਆ ਕਦੀ ਕਦੀ ਪੈਂਦੀ ਆ ਜ਼ਰੂਰ ਪੈਂਦੀ ਆ ਜੀ ਅੱਛਾ ਤੇ ਤੁਸੀਂ ਇੱਧਰ ਮਾਰਕੀਟ 'ਚ ਕੀ ਕਰ ਰਹੇ ਸੀ ਐਕਚੁਲੀ ਮੈਂ ਆਇਲਸ ਟ੍ਰੇਨਰ ਹਾਂ ਹਾਂਜੀ ਤੇ ਇਹ ਸਾਡੀ ਟੀ ਬ੍ਰੇਕ ਆ ਜਿਹਦੇ ਵਿੱਚ ਅਸੀਂ ਨੀਚੇ ਬੱਚੇ ਆਏ ਸੀ ਤਾਂ ਮੈਂ ਵੀ ਨਾਲ ਹੀ ਆ ਗਈ ਧੁੱਪ ਸਿੱਕਣ ਤੁਹਾਨੂੰ ਪਤਾ ਮੇਰਾ ਟੌਪਿਕ ਵੀ ਆਇਲਸ ਦੇ ਨਾਲ ਹੀ ਜੁੜਿਆ ਹੋਇਆ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਖਾਸ ਕਰ ਮੋਹਾਲੀ ਦੇ ਵਿੱਚ ਆਇਲ ਸੈਂਟਰ ਬਹੁਤ ਹੈਗੇ ਆ ਸਟੂਡੈਂਟਸ ਨੂੰ ਬਹੁਤ ਹੀ ਚਾਅ ਹੈਗਾ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਕੁਛ ਕੁ ਸਾਲ ਪਹਿਲਾਂ ਇੰਨਾ ਨਹੀਂ ਸੀ ਜਿੰਨਾ ਹੋਣੇ ਆ ਹੈ ਨਾ ਬਿਲਕੁਲ ਤੁਹਾਨੂੰ ਕੀ ਜਿੱਦਾਂ ਤੁਹਾਡਾ ਤਾਂ ਤੁਸੀਂ ਬੋਲਿਆ ਕਿ ਆਇਲਸ ਸੈਂਟਰ ਤੁਹਾਡਾ ਹੈਗਾ ਆ ਕਿੰਨੇ ਕੁ ਸਟੂਡੈਂਟਸ ਆਉਂਦੇ ਆ ਕਿੰਨਾ ਕੁ ਸਿੱਖ ਕੇ ਜਾਂਦੇ ਆ ਜਾਂ ਨਹੀਂ ਵੀ ਸਿੱਖੇ ਹੁੰਦੇ ਤਾਂ ਵੀ ਉਹਨਾਂ ਨੂੰ ਹੁੰਦਾ ਕਿ ਨਹੀਂ ਅਸੀਂ ਇੰਗਲਿਸ਼ ਸਿੱਖਣੀ ਆ ਕਿਉਂਕਿ ਅਸੀਂ ਬਾਹਰ ਜਾਣਾ ਆ ਮੈਂ ਤੁਹਾਨੂੰ ਜੇ ਸੱਚ ਦੱਸਾਂ ਤਾਂ ਮੇਰੇ ਕੋਲ ਆਲਮੋਸਟ 30+ ਸਟੂਡੈਂਟ ਰਹਿੰਦੇ ਹੀ ਆ ਕਿਉਂਕਿ ਮੈਂ ਜ਼ਿਆਦਾ ਜਿਹੜਾ ਟਾਰਗੇਟ ਆ ਮੇਰਾ ਪੰਜਾਬ ਬੋਰਡ ਵਾਲੇ ਸਟੂਡੈਂਟਸ ਨਾਲ ਹੁੰਦਾ ਕਿਉਂਕਿ ਉਹ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਆ ਉਹ ਬਿਗ ਬ੍ਰਾਂਡਸ ਜਾਂਦੇ ਆ ਜਿੱਥੇ ਬਹੁਤ ਜ਼ਿਆਦਾ ਹਰਾਸਮੈਂਟ ਹੁੰਦੀ ਆ ਉਹਨਾਂ ਦੀ ਲਾਈਕ ਉਹਨਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਹੈਗਾ ਤਾਂ ਮੇਰਾ ਇੰਸਟੀਟਿਊਟ ਚੱਲ ਹੀ ਪੰਜਾਬ ਬੋਰਡ ਵਾਲੇ ਬੱਚਿਆਂ ਨਾਲ ਚੱਲ ਰਿਹਾ ਬੇਸਿਕਲੀ ਸੁਹਾਣਾ ਸਾਹਿਬ ਵਾਲੀ ਸਾਰੀ ਮਾਰਕੀਟ ਹੈ ਜਿਹੜੀ ਉਹ ਮੇਰੇ ਕੋਲ ਹੈ ਨਾਲ ਦੇ ਪਿੰਡ ਮੇਰੇ ਕੋਲ ਨੇ ਜਿੰਨੇ ਵੀ ਪਿੰਡਾਂ ਦੇ ਬੱਚੇ ਹੈ ਆਪਣੇ ਪਿੰਡਾਂ ਵਾਲੀਆਂ ਕੁੜੀਆਂ ਕਹੂੰਗੀ ਮੈਂ ਉਹ ਮੈਨੂੰ ਜ਼ਰੂਰ ਆ ਕੇ ਮੇਰੇ ਨਾਲ ਉਹਨਾਂ ਦੇ ਪੇਰੈਂਟਸ ਉਹ ਆਪ ਆ ਕੇ ਗੱਲ ਕਰਦੇ ਆ ਕਿ ਅਸੀਂ ਕਾਫੀ ਸਾਲ 2-2 ਸਾਲਾਂ ਤੋਂ ਬੱਚੇ ਸਟਰਗਲ ਕਰ ਰਹੇ ਆ ਕਿਉਂਕਿ ਇੱਕ ਡ੍ਰੀਮ ਹੈ ਤਾਂ ਮੈਂ ਉਹਨਾਂ ਦੇ ਸੁਪਨਿਆਂ ਦਾ ਹਿੱਸਾ ਬਣ ਚੁੱਕੀ ਹਾਂ ਪਿਛਲੇ 5-6 ਸਾਲਾਂ ਤੋਂ ਅਤੇ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਮਾਵਾਂ ਵੀ ਰੋਂਦੀਆਂ ਦੇਖੀਆਂ ਆਪਣੇ ਇੰਸਟੀਟਿਊਟ ਦੇ ਵਿੱਚ ਅਤੇ ਜਦੋਂ ਉਹਨਾਂ ਦਾ ਸੁਪਨਾ ਬੱਚਿਆਂ ਦਾ ਪੂਰਾ ਹੁੰਦਾ ਆ ਬੱਚੇ ਵੀ ਰੋਂਦੇ ਦੇਖੇ ਆ ਤਾਂ ਮੈਂ ਉਹਨਾਂ ਦੀ ਜਰਨੀ ਦਾ ਇੱਕ ਹਿੱਸਾ ਬਹੁਤ ਇੰਪੋਰਟੈਂਟ ਹਿੱਸਾ ਬਣ ਚੁੱਕੀ ਹਾਂ ਤੁਸੀਂ ਜਿੱਦਾਂ ਕਿਹਾ ਕਿ ਤੁਹਾਡਾ ਤਾਂ ਆਇਲਸ ਇੰਸਟੀਟਿਊਟ ਹੈਗਾ ਆ ਅੱਛਾ ਇਸ ਚੀਜ਼ ਨੂੰ ਤੁਸੀਂ ਕਿੰਨਾ ਕੁ ਬਿਲੀਵ ਕਰਦੇ ਹੋ ਕਿ ਅੱਜ ਕੱਲ੍ਹ ਜਿਹੜੇ ਸਟੂਡੈਂਟਸ ਨੇ ਬੱਚੇ ਨੇ ਉਹਨਾਂ ਨੇ ਇੰਗਲਿਸ਼ ਨੂੰ ਹਊਆ ਬਣਾ ਲਿਆ ਬਹੁਤ ਜ਼ਿਆਦਾ ਬਣਾਇਆ ਹੋਇਆ ਹਊਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਐਕਚੁਲੀ ਉਹਨਾਂ ਦਾ ਨਾ ਬੇਸ ਆ ਜਿਹੜਾ ਉਹ ਬਹੁਤ ਕਮਜ਼ੋਰ ਆ ਨੀ ਕਮਜ਼ੋਰ ਆ
उत्ते कंधां खड़ियां करनियां बहुत औखियां ने क्योंकि पेरेंट्स ने वो भी पैसा ला रहे उन्होंने हुंदा कि बच्चा 2 महीने क्लीयर कर दे ये नहीं सच हैगा ठीक है इन्हों की मेहनत भी बहुत आ मेरी भी मेहनत बहुत आ मैं इतने बच्चे 6-6 महीने लाते भी देखे है साल लाते भी देखे है पर मैं बाहर जाते भी देखे है जो आइलैट्स करना चाहते हैं उन्होंने की टिप दोगे तुम कि भाई इस चीज़ पर फोकस करो फिर इंग्लिश स्किल थोड़ी अच्छी होगी मैं कहना चाहूँगी भी स्टार्ट रीडिंग ठीक है स्टार्ट स्पीकिंग एक पता मार्केट के कि पहला बच्चे कह स्पीकिंग कर लें जी फिर आइलैट्स आवेंगे ये बिल्कुल गलत मिथ आ क्योंकि जे तुम्हें पढ़ना नहीं आता समझ नहीं सकते सुनना नहीं आता बोल नहीं सकते आई थिंक कि 4 जो मोड्यूल्स आ ना वो बच्चों बेसिक्स तो ही करने चाहिए जिहड़ा स्पीकिंग वाला है ना कि स्पीकिंग करके आइलैट्स क्लीयर कर लेंगे ये मिथ बिल्कुल गलत आ 4 दे 4 ही उन्होंने मोड्यूल्स ने स्टार्ट विद रीडिंग ताकि थानू पढ़ोगे लिखोगे सुनोगे बोलोगे ये आपस च इंटरकनैक्टेड आ तो मैं चाहनी हाँ कि मेरे यही एडवाइस आ आने वाले बच्चों अपकमिंग जनरेशन जिन्हों के सपने आ बाहर जाने के कि वो ये 4 मोड्यूल्स इकट्ठा लेके चलन क्योंकि मार्केट के बहुत सारे इंस्टीट्यूट्स ने चंगा भी करवाते हैं जी माड़ा भी करवाते हैं मेरा अपना इंस्टीट्यूट आ तो मैं तो इतने मैं इवें कहूँगी कि दिन रात ला के बैठती है कि इन्हों के सपने जरूर पूरे हो बच्चे तुम नहीं सोचे तुम भी बाहर जाके उधर ही सैटल हो फैमिली सारी उत्थे सैटल्ड आ पर मैं कई बार बच्चे कहते होंगे जो तुम चल गए ना साडे सुपने रह जाने तो मैं कई ने गल कही आ नहीं इन फ्यूचर आप देखा बट राइट नाउ आई थिंक आई एम डूइंग माई बेस्ट हेयर तो मैं चाहनी हाँ कि गो विद फ्लो हाँ जी चलो वधिया गल है तो तुम वधिया बच्चों इंग्लिश भी सिखा रहे हो नहीं तो स्कूलों के टीचर्स की पहला परवाह नहीं मारते होंगे स्टूडेंट्स हूँ उन्होंने पता लगता उदो पढ़िया होंगे तो इन्ना होने नहीं जद्दोजहद करनी पैंदी बिल्कुल तुहाडी गल सही है तो मैं एक टीचर्स भी एडवाइस करना चाहनी हाँ कि देखो कॉम्पीटिशन इज़ वेरी हाई इन द मार्केट ठीक है मैं चाहनी हाँ कि जे तुम मैं सुन रहे हो तो मैं चाहूँगी कि 10th+2 ईवन कि फ्रॉम द वेरी स्टार्टिंग पंजाब बोर्ड स्पैशली क्योंकि मैं इतने बच्चे स्ट्रगल करते ही पंजाब बोर्ड वाले बच्चे देखे है कुड़ियाँ भी मुंडे भी कि तुम उन्होंने ना स्कूल तो ही पढ़ा शुरू करो उन्होंने इंग्लिश की वैल्यू दसो नो डाउट साड़ी अपनी मदर टंग की भी एक वैल्यू है पर मैं चाहनी हाँ कि जो असी इन्होंने कंपीट करना 2040-50 वाले बच्चों के नाल 2030 वाले बच्चों के नाल एक एजुकेशन सिस्टम से भी थोड़ा जहा सू चेंज करना चाहिए आ क्रैमिंग की बजाय अंडरस्टैंडिंग पावर स्ट्रोंग करो इन्हों की तो इन्हों का बेस क्योंकि मैनू यही समझाते हैं इन्हों के पेरेंट्स को टाइम लग जाता है कि जिहड़ी चीज़ 12 साल नहीं उस खा पाए मैं 2 महीनों कितना कवर करा दाँ तो मैनू भी टाइम चाहिए होंगे आ पर लकली मैं बहुत सक्सेस हो चुकी इस चीज़ च कि मैं इन्हां दी वीकनेस फड़दी हाँ उन्हां ते काम करदी हाँ ते बाकी परमात्मा की मेहर नाल सुहाणा साहब अपने सामने है ना मैनू तो जिन्हें भी बच्चे मिलते हैं बई इतों के मिलते हैं बाबा हनुमान जी की डीपी लगी होंगी है रूह खुश हो जाती है तो बाकी चलो आई वॉन्ट कि सारे मेहनत करो तो सही तरीके की मेहनत चाहिए एक होंगी प्रैक्टिस एक होंगी राइट प्रैक्टिस सो देर इज़ अ ह्यूज डिफरेंस बिटवीन प्रैक्टिस एंड हाई प्रैक्टिस सो आई वॉन्ट कि बच्चे इस तरीके की प्रैक्टिस करन कि उन्होंने जो डिजायर स्कोर है वो अचीव हो गए ठीक है जी थैंक यू सो मच तुम गलबात की थैंक यू सो मच कि ठीक हो हाँ जी मैम सब वधिया जी कितों के हो मोहाली तो ही है बैकग्राउंड अपना ओरी मोहाली तो ही मोहाली तो ही हो मोहाली तो ही हो मोहाली तो ही है जी मोहाली तो ही अच्छा बैकग्राउंड सारा इथे दा ही है हां जी हां जी ओके की करदे हो मैं जी हुनी 12th पास कीती है हुन मैं कनाडा विच कॉलेज वास्ते अप्लाई कीता होया ते हुन वेट कर रहा हूं उना दे रिप्लाई दी की रिप्लाई आऊगा ऑफर लेटर आ जूगी इक दी ता आ गई दूजे दी वेट कर रहे हैं किन्ना टाइम लगना काली पैंदी हुनी कनाडा पहुंची बहुत ज्यादा हुन ता ए लग रहा है पता नहीं आऊगा भी कि नहीं बहुत टाइम हो गया नेगेटिव नहीं होना नहीं आए तो अभी पूरे फुल फॉर्टिस पॉजिटिव हाँ बाकी कुछ 100% रेट थोड़ी होंगे कि एक्सैप्ट हो जाएंगे तो वो करके कई बार डर भी लगता है वैसे तो पूरा कॉन्फिडेंस रखे कि आ जाएगा अच्छा जी बाकी हूँ ज्यादा आएगा तो ही पता लगेगा अच्छा तुसी की करते हो मेरी +2 कंप्लीट हुई है नॉन मेडिकल से ਤੇ ਮੈਂ ਮੇਰਾ ਹੁਣੇ ਵੀਜ਼ਾ ਆਇਆ ਰੀਸੈਂਟਲੀ ਕਿੱਥੇ ਚੱਲੇ ਹੋ ਮੈਂ ਕੈਨੇਡਾ ਹੀ ਚੱਲਿਆ ਜੀ ਤੁਸੀਂ ਵੀ ਕੈਨੇਡਾ ਜਾਣਾ ਹਾਂਜੀ ਸਲਾਹ ਨਾਲ ਚੱਲੇ ਹੋ ਕੋ ਨਹੀਂ ਸਲਾਹ ਨਾਲ ਹੀ ਚੱਲੇ ਆ ਨਹੀਂ ਚੱਲੇ ਟੱਬਰ ਦੀ ਨਾ ਕਿ ਯਾਰਾਂ ਦੀ ਤਾਂ ਨਹੀਂ ਯਾਰਾਂ ਦੀ ਤਾਂ ਯਾਰਾਂ ਦੀ ਟੱਬਰ ਦੀ ਨਹੀਂ ਸੁਣੀ ਨਹੀਂ ਨਹੀਂ ਕਿਉਂ ਬਸ ਵੈਸੇ ਹੀ ਯਾਰਾਂ ਦਾ ਸਾਥ ਚਾਹੀਦਾ ਨਾ ਉੱਥੇ ਤਾਂ ਜ਼ਿਆਦਾ ਹੁਣ ਟੱਬਰ ਨੇ ਥੋੜੀ ਨਾਲ ਜਾਣਾ ਉੱਥੇ ਯਾਰਾਂ ਨਹੀਂ ਜਾਣਾ ਟੱਬਰ ਨੂੰ ਲੈ ਕੇ ਤਾਂ ਜਾਣਾ ਹੀ ਆ ਤੇ ਨਹੀਂ ਬਾਅਦ ਚ ਵੇਖਾਂਗੇ ਨਾ ਪਹਿਲੇ ਤਾਂ ਯਾਰ ਹੀ ਨੇ ਨਾਲ ਟੱਬਰ ਨੇ ਤਾਂ ਬਾਅਦ ਚ ਜਾਣਾ ਹੈ ਸੀਨੀਅਰਸ ਤਾਂ ਲਾਈਕ ਯਾਰਾਂ ਵਾਸਤੇ ਹੀ ਆ ਨਾ ਉੱਥੇ ਜਾ ਕੇ ਫਿਰ ਬਾਅਦ ਚ ਹੋਇਆ ਟੱਬਰ ਦੀ ਟੱਬਰ ਨੇ ਲਾਉਣੇ ਪੈਸੇ ਤੇ ਜਾਣਾ ਯਾਰਾਂ ਲਈ ਵਾਹ ਟੱਬਰ ਦਾ ਵੀ ਸੋਚਿਆ ਕਿੱਦਾਂ
ਗੇੜੀ ਛੇੜੀਆਂ ਲਾਣੀਆਂ ਨੇ ਬਥੇਰਾ ਟਾਈਮ ਪਿਆ ਇਹਦਾ ਬਾਹਰ ਲਾ ਲਿਓ ਗੇੜੀ ਨਾ ਉੱਥੇ ਫਿਰ ਬੰਦਾ ਨਾ ਫਸ ਜਾਂਦਾ ਜੀ ਬਾਹਰ ਤਾਂ ਚੱਲੇ ਫਰੈਂਡ ਜਾ ਰਹੇ ਕਦੋਂ ਫੈਸਲਾ ਲਿਆ ਸੀ ਬਾਹਰ ਜਾਣਾ ਬਸ ਹੁਣ ਪਿੱਛੇ 4 ਕੁ ਮਹੀਨੇ ਹੋ ਗਏ ਉਸ ਤੋਂ ਬਾਅਦ ਆਈਲੈਟਸ ਕਲੀਅਰ ਕੀਤੀ ਵਾ ਫਿਰ ਆਪਣਾ ਵੀਜ਼ਾ ਲੱਗ ਗਿਆ ਏਦਾਂ ਸੋਚਿਆ ਸੀ ਕਿੱਧਰ ਸੈਟਲ ਹੋਣਾ ਨਹੀਂ ਏਦਾਂ ਨਹੀਂ ਸੋਚਿਆ ਜੀ ਕਿਉਂ ਬਾਹਰ ਹੀ ਸੋਚਿਆ ਜੀ ਇੱਥੇ ਬਸ ਵੈਸੇ ਹੀ ਮਨ ਜਾ ਨਹੀਂ ਹੋਇਆ ਕੁਛ ਗੌਰਮੈਂਟ ਜੋਬਸ ਸੀਗੀਆਂ ਇੰਨਾ ਤੁਹਾਨੂੰ ਪਤਾ ਜ਼ਿਆਦਾ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਇਸ ਕਰਕੇ ਥੋੜ੍ਹਾ ਬਾਹਰ ਵਧੀਆ ਹੈ ਹਲੇ ਉੱਥੇ ਜਾ ਕੇ ਆਪਣਾ ਬਿਜ਼ਨਸ ਵਗੈਰਾ ਸੈੱਟ ਕਰਨਾ ਵਧੀਆ ਠੀਕ ਹੈ ਥੋੜ੍ਹਾ ਕੰਫਰਟੇਬਲ ਲੱਗਦਾ ਉਹਦੇ 'ਚ ਹਾਂ 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 ਠੀਕ ਹੈ ਜੀ ਅੱਛਾ ਅਤੇ ਤੁਸੀਂ ਤੁਹਾਡਾ ਫੈਸਲਾ ਸੀ ਫੈਮਿਲੀ 'ਚੋਂ ਵੀ ਗਏ ਹੋਏ ਨੇ ਕਿ ਯਾਰਾਂ ਦੇ ਕਰਕੇ ਚੱਲੇ ਹੋ ਯਾਰਾਂ ਕਰਕੇ ਹੀ ਚੱਲੇ ਹਾਂ ਇੱਦਾਂ ਕਿੱਦਾਂ ਇੰਨਾ ਵੀ ਕਿੱਦਾਂ ਹੋ ਸਕਦਾ ਬੇ ਬਸ ਆਈ ਹੈ ਹੁਣ ਮੈਂ ਤਾਂ 10ਵੀਂ ਦਾ ਸੋਚਿਆ ਹੋਇਆ 11ਵੀਂ 'ਚ ਮੈਨੂੰ ਬਣਾ ਲਿਆ ਆਪਣੇ ਨਾਲ ਹਾਂ ਹਾਂ ਬਸ ਫਿਰ ਅਸੀਂ ਦੋਨਾਂ ਨੇ ਪਲਾਨ ਕਰ ਲਿਆ ਇਕੱਠੇ ਠੀਕ ਹੈ ਜੀ ਤੇ ਤੁਸੀਂ ਹੁਣ ਇਹ ਨਾ ਕਿਹਾ ਯਾਰਾਂ ਕਰਕੇ ਨਹੀਂ ਨਹੀਂ ਮੇਨ ਤਾਂ ਵੈਸੇ ਯਾਰਾਂ ਕਰਕੇ ਵੀ ਹੈ ਬਾਕੀ ਕੋਰਸ ਵਗੈਰਾ ਦਾ ਵੀ ਸੀਗਾ ਕਿ ਮੈਂ ਪਰਟੀਕੁਲਰਲੀ ਆਈ ਟੀ ਦੀ ਲਾਈਨ 'ਤੇ ਜਾਣਾ ਸੀਗਾ ਅਤੇ ਮਤਲਬ ਮੇਰੇ ਫੈਮਲੀ ਵੀ ਆਈ ਟੀ ਲਾਈਨ 'ਚ ਹੈ ਅਤੇ ਉਹਨਾਂ ਨੇ ਦੱਸਿਆ ਕਿ ਵੀ ਹਾਂ ਕਾਲਜ ਵਗੈਰਾ ਫਿਰ ਮੈਂ ਉਸ ਹਿਸਾਬ ਨਾਲ ਸਿਲੈਕਟ ਕਰਿਆ ਅਤੇ ਫਿਰ ਇਹਨਾਂ ਇਹਦਾ ਵੀ ਸੀਗਾ ਪਲਾਨ ਸੀਗਾ ਇਹਦਾ ਪਹਿਲਾਂ ਸੀਗਾ ਮੇਰਾ ਸੀਗਾ ਨਹੀਂ ਅਤੇ ਇਹਨੇ ਮੈਨੂੰ ਇੱਕ ਵਾਰੀ ਕਿਹਾ ਕਿ ਚੱਲ ਬਣਾ ਲੈ ਅਤੇ ਬਸ ਇਹਦੇ ਕਰਕੇ ਮੇਰਾ ਵੀ ਮੰਨ ਗਿਆ ਨਾਲ ਦੇ ਨਾਲ ਅਤੇ ਬਸ ਹੁਣ ਫਿਰ ਅਸੀਂ ਸੋਚ ਰਹੇ ਕਿ ਇਕੱਠੇ ਇੱਕ ਜਗ੍ਹਾ 'ਤੇ ਕਰ ਲਈਏ ਅੱਛਾ ਅਤੇ ਇਹ ਨਹੀਂ ਸੋਚਿਆ ਸੀ ਤੁਹਾਡੇ ਦੋਨਾਂ ਨੂੰ ਸੇਮ ਪੁੱਛਦੀ ਹਾਂ ਕਿ ਤੁਸੀਂ ਇੱਧਰ ਸੈਟਲ ਹੋਣਾ ਬਾਹਰ ਦਾ ਹੀ ਕਿਉਂ ਸੋਚਿਆ ਕਿ ਉੱਧਰ ਜਾ ਕੇ ਸੈਟਲ ਹੋਣਾ ਇੱਕ ਵਾਰ ਵੈਸੇ ਤਾਂ ਮੇਰਾ ਹਮੇਸ਼ਾ ਮੈਂ ਇਹ ਸੋਚਿਆ ਸੀ ਬਾਹਰ ਹੀ ਜਾਣਾ ਪਰ ਇੱਕ ਵਾਰ ਮੇਰਾ ਵਿੱਚ ਮਾਇੰਡ ਥੋੜ੍ਹਾ ਡਾਈਵਰਟ ਹੋਇਆ ਸੀ ਮੈਂ ਸੋਚਿਆ ਉਰੇ ਵੀ ਆਪਾਂ ਸੈਟਲ ਹੋ ਹੀ ਸਕਦੇ ਹਾਂ ਅਤੇ ਇੱਕ ਵਾਰ ਮੈਂ ਆਲਮੋਸਟ ਕੈਂਸਲ ਵੀ ਕਰਨ ਲੱਗਿਆ ਸੀ ਫਿਰ ਬਸ ਫਿਰ ਯਾਰਾਂ ਵਾਲੀ ਦੀ ਗੱਲ ਆ ਗਈ ਫਿਰ ਵਿੱਚ ਮੈਂ ਕਿਹਾ ਹੁਣ ਤਾਂ ਬਾਹਰ ਹੀ ਜਾ ਕੇ ਖੜਾਂਗੇ ਫਿਰ ਮੈਂ ਇਕੱਲਾ ਰਹਿ ਜੂ ਸਾਰੇ ਚੱਲ ਜੂਗੇ ਉਹੀ ਗੱਲ ਹੋ ਗਈ ਸੀ ਫਿਰ ਹੁਣ ਉਰੇ ਕੋਈ ਰਹਿਣਾ ਤਾਂ ਹੈ ਨਹੀਂ ਕਿਸੇ ਨੇ ਨਵੇਂ ਦੋਸਤ ਬਣਾਉਣੇ ਪੈਣੇ ਨੇ ਐਡਾ ਹੁਣ ਮਿਹਨਤ ਹੋਣੀ ਸੀ ਸਾਡੇ ਤੋਂ ਹਾਂ ਹੁਣ ਯਾਰ ਬਣਾਉਣੇ ਔਖੇ ਆ ਨਾ ਜਿਹੜੇ ਪਹਿਲਾਂ ਦੇ ਉਹ ਖੜੇ ਨਾਲ ਠੀਕ ਆ ਅੱਛਾ ਤੇ ਤੁਸੀਂ ਇੱਥੇ ਨਹੀਂ ਸੋਚਿਆ ਇੱਧਰ ਸੈਟਲ ਹੋ ਜਾਵਾਂ ਮੇਰਾ ਇੱਦਾਂ ਪਰਟੀਕੁਲਰ ਨਹੀਂ ਸੀਗਾ ਕਿ ਮੈਂ ਬਾਹਰ ਹੀ ਜਾਣਾ ਮੇਰਾ ਲਾਈਕ ਪਲੱਸ ਟੂ ਤੱਕ ਤਾਂ ਸੀਗਾ ਕਿ ਹਾਂ ਮੈਂ ਇੱਥੇ ਸੈਟਲ ਹੋ ਜਾਊਂਗਾ ਬਟ ਜਿਵੇਂ ਜਿਵੇਂ ਮਤਲਬ ਮੇਰਾ ਹੋਇਆ ਟਾਈਮ ਫਿਰ ਮੇਰਾ ਕੋਰਸ ਵਗੈਰਾ ਸਿਲੈਕਟ ਹੋਇਆ ਇੱਥੇ ਫਿਰ ਕਾਲਜ ਵਗੈਰਾ ਦਾ ਵੀ ਨਹੀਂ ਮੇਰਾ ਬਣਿਆ ਜ਼ਿਆਦਾ ਮੈਂ ਕਰੀ ਸੀ ਟਰਾਈ ਇੱਥੇ ਵੀ ਬਟ ਫਿਰ ਮੈਂ ਸੋਚਿਆ ਕਿ ਹਾਂ ਬਾਹਰ ਦਾ ਹੀ ਕਰਾਂਗਾ ਫਿਰ ਮੈਨੂੰ ਕਾਲਜ ਵੀ ਵਧੀਆ ਮਿਲ ਗਿਆ ਨਾਲ ਕੋਰਸ ਵੀ ਵਧੀਆ ਮਿਲ ਗਿਆ ਫਿਰ ਬਸ ਸਭ ਚੀਜ਼ਾਂ ਗੁੱਡ ਬਾਏ ਗੁੱਡ ਜਾਈ ਜਾ ਰਹੀ ਸੀ ਫਿਰ ਅਸੀਂ ਸਿਲੈਕਟ ਕਰ ਲਿਆ ਬਾਹਰ ਵੀ ਵਾਹਵਾ ਲੱਗ ਗਿਆ ਹੁਣ ਪੈਸਾ ਲੱਗ ਜਾਂਦਾ ਹੈ ਬਟ ਚਲੋ ਆਊਟਪੁੱਟ ਦੀ ਵੇਟ ਹੈ ਤੇ ਬਾਕੀ ਰੱਬ ਮਿਹਰ ਕਰੇ ਕੀ ਕਰਨਾ ਫਿਰ ਫਿਊਚਰ 'ਚ ਉੱਥੇ ਜਾ ਕੇ ਜਦੋਂ ਪੜ੍ਹਾਈ ਕੰਪਲੀਟ ਹੋ ਗਈ ਕੁਛ ਸੋਚਿਆ ਹੋਇਆ ਅੱਗੇ ਦਾ ਸੋਚਿਆ ਤਾਂ ਹੈ ਮੈਂ ਜਿਹੜੀ ਲਾਈਨ 'ਤੇ ਮੈਂ ਮਤਲਬ ਜਿਹੜੀ ਸਟੱਡੀ ਕੰਟੀਨਿਊ ਕਰਨੀ ਮੈਂ ਉਸੇ ਫੀਲਡ 'ਚ ਜਾਣਾ ਵੀ ਕੋਈ ਜੋਬ ਕੋਈ ਦੇਖਾਂਗਾ ਪਹਿਲਾਂ ਇਨੀਸ਼ੀਅਲੀ ਬਾਕੀ ਫਿਰ ਬਾਅਦ 'ਚ ਬਿਜ਼ਨਸ ਤਾਂ ਕਰਨਾ ਹੀ ਹੈ ਯਾਰ ਇਕੱਠੇ ਜਾ ਰਹੇ ਹਾਂ ਅਸੀਂ ਪੜ੍ਹਾਈ ਖਤਮ ਕਰਕੇ ਬਸ ਛੇਤੀ ਤੋਂ ਛੇਤੀ ਜ਼ਿਆਦਾ ਪੇ ਵਾਲੀ ਨੌਕਰੀ ਲੱਭਣੀ ਹੈ ਬਸ ਫਿਰ ਪੈਸੇ ਇਕੱਠੇ ਕਰਨੇ ਆ ਜਿੰਨੇ ਹੁਣ ਲਾ ਦੇਣੇ ਆ ਮਿਹਨਤ ਦਾ ਮੁੱਲ ਨੀ ਹੈ ਥੋੜਾ ਬਾਹਰ ਜਾ ਕੇ ਮੇਰਾ ਬ੍ਰਦਰ ਗਿਆ ਛੋਟਾ ਤੇ ਉਹ ਬੇਚਾਰਾ 18 ਸਾਲ ਦਾ ਹੀ ਸੀਗਾ ਉਹ ਚਲੇ ਗਿਆ ਮੈਂ ਕਿਹਾ ਉਹਨਾਂ ਨਜ਼ਾਰੇ ਨਹੀਂ ਲੈਣੇ ਪੈਗਾ ਤੂੰ ਜਾ ਪਾਈ ਮੈਂ ਤੁਹਾਨੂੰ ਨਜ਼ਾਰੇ ਦਵਾਉਂਦਾ ਹੁਣ ਬਸ ਉਹੀ ਦਿੱਕਤ ਹੈ ਨਾ ਤੇ ਤਾਂ ਹੀ ਉਹਦੇ ਸਿਰ ਤੇ ਛੋਟਾ ਨਾ ਹਾਂਜੀ ਛੋਟਾ ਹੈ ਸ਼ਰਮ ਕਰੋ ਉਹ ਕੋਈ ਗੱਲ ਨਹੀਂ ਕਰ ਲੈਣੀ ਹੈ ਕੋਈ ਗੱਲ ਨਹੀਂ ਕਰਨਾ ਅੱਛਾ ਤੁਸੀਂ ਕੀ ਸੋਚਿਆ ਆ ਕਿ ਆਪਣਾ ਕੰਪਲੀਟ ਕਰਕੇ ਸਾਰਾ ਉੱਧਰ ਕੀ ਬਿਜ਼ਨਸ ਸੈੱਟ ਕਰਨਾ ਨੌਕਰੀ ਕਰਨੀ ਕੀ ਪਲਾਨ ਆ ਮੈਂ ਬਿਜ਼ਨਸ ਹੀ ਕਰਨਾ ਆਪਾਂ ਦਾ ਕਾਹਦਾ ਹਲੇ ਨੌਕਰੀ ਚ ਇੰਨਾ ਮੈਨੂੰ ਲੱਗਦਾ ਨਹੀਂ ਬੈਨੀਫਿਟ ਵਗੈਰਾ ਹੈਗਾ ਮਤਲਬ ਆਪਣੇ ਬਿਜ਼ਨਸ ਤਾਂ ਹੈਗਾ ਥੋੜ੍ਹਾ ਮਤਲਬ ਉਸ ਨੂੰ ਕਿੱਡਾ ਹੀ ਬੜਾ ਕਰ ਲਈ ਆਪਾਂ ਕੁਛ ਵੀ ਕਰ ਲਈਏ ਉਸ 'ਚ ਹੁਣ ਮਿਹਨਤ ਵੀ ਕਰਦੇ ਆ ਬੰਦੇ ਆਪਣੇ ਬਿਜ਼ਨਸ ਸੈੱਟ ਕਰਨ ਵਾਸਤੇ ਇੱਦਾਂ ਇਹ ਤਾਂ ਬਿਜ਼ਨਸ ਹੀ ਸੈੱਟ ਕਰਾਂਗੇ ਆਪਾਂ ਤੁਸੀਂ ਆਪ ਦੇਖੋ ਵੀ ਮੇਰਾ ਬ੍ਰਦਰ ਸੀਗਾ ਆਪਾਂ ਇੱਥੇ ਇੰਡੀਆ ਦੇ ਵਿੱਚ ਬਣਾ ਸਕਦੇ ਹਾਂ ਉਹ ਸਟੂਡੈਂਟ ਹੀ ਹੈ ਸਟੂਡੈਂਟ 11 ਲੱਖ ਰੁਪਏ ਨਹੀਂ ਬਣਾ ਸਕਦਾ ਓਬਵੀਅਸ ਜੀ ਗੱਲ ਹੈ ਨਾ ਉੱਥੇ ਨਹੀਂ ਬਣਾ ਸਕਦਾ ਉੱਥੇ ਬਣਾ ਕੇ ਬੱਚਾ ਫੀਸ ਵੀ ਪੇ ਕਰਦਾ ਆਪਣਾ ਖਰਚਾ ਵੀ ਕੱਢਦਾ ਸਭ ਕੁਛ ਕਰਦਾ ਉਹ ਬੰਦਾ ਮਤਲਬ ਕਿ ਦਿਮਾਗ ਤੋਂ ਬੋਰਨ ਹੋ ਜਾਂਦਾ ਉਹ ਚੰਗੀ ਤਰ੍ਹਾਂ ਮੈਚਿਓਰ ਹੋ ਜਾਂਦਾ ਹਾਂ ਉਹਨੂੰ ਪਤਾ ਲੱਗ ਜਾਂਦਾ ਕਿੱਦਾਂ ਪੈਸਾ ਕਮਾਉਣਾ ਹੈ ਕਿੱਦਾਂ ਨਹੀਂ ਕਮਾਉਣਾ ਠੀਕ ਹੈ ਚਲੋ ਤੁਹਾਨੂੰ ਤੁਹਾਡੇ ਫਿਊਚਰ ਦੇ ਲਈ ਗੁੱਡ ਲੱਕ ਆ ਦਾ ਜੀ ਠੀਕ ਹੋ ਹਾਂਜੀ ਬਿਲਕੁਲ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਕਿੱਥੋਂ ਦੇ ਹੋ ਅਸੀਂ ਮੋਹਾਲੀ ਦੇ ਬੇਸਿਕਲੀ ਬੈਕਗ੍ਰਾਉਂਡ ਬੈਕਗ੍ਰਾਉਂਡ ਮੇਰਾ ਜਲੰਧਰ ਫਲੋਰ ਦੇ ਨੇੜੇ ਮੈਂ ਵੀ ਜਲੰਧਰ ਹਾਈ ਫਾਈ ਕੀ ਕਰਦੇ ਹੋ ਫੋਰ ਨਾਓ ਮੈਂ ਸਟੱਡੀ ਤੋਂ ਫ੍ਰੀ ਹੋਈ ਹਾਂ ਤੇ ਬਾਹਰ ਦੇ ਪੇਪਰ ਭਰਤੇ ਹੈ ਰੈਡੀ ਟੂ ਗੋ ਕਿੱਥੇ ਜਾਣਾ ਕੈਨੇਡਾ ਕੈਨੇਡਾ ਕੋਈ ਹੋਰ ਵੀ ਹੈਗਾ ਕਿ ਆਪਣਾ ਹੀ ਪਲਾਨ ਨਹੀਂ ਮੇਰੇ ਸਿਸਟਰ ਵੀ ਉੱਥੇ ਨੇ ਇਟਸ ਬਿਨ 4 ਈਅਰਸ ਨਾਓ ਤੇ ਮੇਰੇ ਬ੍ਰਦਰ ਨੂੰ ਗਿਆ ਨੂੰ ਹੋ ਗਿਆ ਹੈ 1 ਈਅਰ ਅੱਛਾ ਅੱਛਾ ਤੁਹਾਨੂੰ ਕੀ ਲੱਗਦਾ ਕਿ ਫਿਊਚਰ ਤੁਹਾਡਾ ਉੱਥੇ ਹੀ ਸੈੱਟ ਹੈ ਇੱਥੇ ਨਹੀਂ ਸੋਚਿਆ ਕਿੱਧਰ ਸੈਟਲ ਹੋ ਜਾਈਏ
ਇੱਥੇ ਸੈਟਲ ਹੋ ਸਕਦੇ ਹਾਂ ਬਟ ਜਿੰਨਾ ਟਾਈਮ ਇੱਥੇ ਲੱਗਣਾ ਹੈ ਉਨੇ 'ਚ ਕੁਛ ਬਣਨਾ ਨਹੀਂ ਹੈ ਰਾਦਰ ਆਪਾਂ ਪ੍ਰੈਫਰ ਕਰਦੇ ਹਾਂ ਕੈਨੇਡਾ ਜਾ ਕੇ 5 ਸਾਲ ਜੇ ਡਟ ਕੇ ਲਾ ਲਈਏ ਤਾਂ ਕਿਤੇ ਸਟੈਂਡ ਹੋ ਸਕਦੇ ਹਾਂ ਆਪਾਂ ਇੰਡੀਆ 'ਚ 5 ਸਾਲਾਂ 'ਚ ਤਾਂ ਨਹੀਂ ਕੁਛ ਹੋ ਸਕਦਾ ਯਾ ਬਿਲਕੁਲ ਨਹੀਂ ਅੱਛਾ ਇਹ ਮਤਲਬ ਹੈ ਤੁਹਾਡਾ ਹੀ ਫੈਸਲਾ ਸੀਗਾ ਹਾਂਜੀ ਮੇਰਾ ਸ਼ੁਰੂ ਤੋਂ ਹੀ ਫੈਸਲਾ ਸੀਗਾ ਜਦੋਂ ਮੇਰੇ ਸਿਸਟਰ ਗਏ ਹੈ ਸ਼ੀ ਵੈਂਟ ਆਫਟਰ +2 ਅਤੇ +2 ਤੋਂ ਬਾਅਦ ਜਾ ਕੇ ਹੀ ਉਹਨਾਂ ਦੀ ਜੋਬ ਲੱਗ ਗਈ ਸੀ ਕੈਨੇਡਾ ਅਤੇ ਸ਼ੀ ਸਟਾਰਟਡ ਅਰਨਿੰਗ ਇਨ ਲੈਕਸ ਕਿਉਂਕਿ ਉਹ ਥੋੜ੍ਹੇ ਹੈਗੇ ਹੈ ਬਿਲਕੁਲ ਬਿਲਕੁਲ ਅਤੇ ਆਪਣੇ ਇੱਥੇ ਦੇਖਦੇ ਹਾਂ ਆਪਾਂ +2 ਵਾਲਿਆਂ ਨੂੰ ਕੌਣ ਪੁੱਛਦਾ ਡਿਗਰੀ ਕਰਕੇ ਵੀ ਆਪਣਾ ਪੈਕੇਜ ਬਿਲਕੁਲ ਬਿਲਕੁਲ ਅਤੇ +2 ਕਰਕੇ ਤਾਂ ਕੁਛ ਨਹੀਂ ਹੁੰਦਾ ਫਿਰ ਡਿਗਰੀ ਕਰਕੇ ਵੀ ਪੈਕੇਜਿਸ ਸਾਨੂੰ ਜਿਵੇਂ ਕਾਲਜ ਮੈਂ ਅਟੈਂਡ ਕੀਤਾ ਆਪਣਾ ਮੈਂ ਡਿਗਰੀ ਲੈ ਚੁੱਕੀ ਹਾਂ ਅਤੇ ਉੱਥੇ ਵੀ ਸਾਨੂੰ ਪੈਕੇਜਿਸ ਆਉਂਦੇ ਸੀ 1 ਲੱਖ ਜਾਂ ਹਾਰਡਲੀ 7 ਲੱਖ ਤੱਕ ਉਹ ਫਿਰ ਨਹੀਂ ਬਣਦੀ ਗੱਲ ਜਿਵੇਂ ਸਾਡੇ ਪੇਰੈਂਟਸ ਕਮਾ ਰਹੇ ਫਿਰ ਉਹਦੇ ਹਿਸਾਬ ਨਾਲ ਆਪਾਂ ਨੂੰ ਲੱਗਦਾ ਕਿ ਨਹੀਂ ਬਾਹਰ ਠੀਕ ਹੈ ਕੰਫਰਟੇਬਲ ਹੈ ਫਿਰ ਇਹੀ ਹੈ ਕੌਣ ਮੁੜਦਾ ਫਿਰ ਜਦੋਂ ਇੰਨੀਆਂ ਕਮਾਈਆਂ ਹੁੰਦੀਆਂ +2 ਵਾਲਾ ਬੱਚਾ ਮਚਿਓਰ ਹੋ ਜਾਂਦਾ ਇੰਨੇ ਲੱਖਾਂ 'ਚ ਪੈਸੇ ਕਮਾਉਂਦਾ ਚਲੋ ਡਾਲਰ ਇੱਧਰ ਆ ਕੇ ਲੱਖਾਂ ਉੱਧਰ ਡਾਲਰ ਜੇ ਕਮਾਉਂਦੇ ਡਾਲਰਾਂ 'ਚ ਖਰਚੇ ਵੀ ਹੈਗੇ ਆ ਪਰ ਇੰਡੀਆ ਕੇ ਤਾਂ ਟੌਰ ਬਣਦੀ ਆ ਇੰਡੀਆ ਕੇ ਟੌਰ ਵੀ ਬਣਦੀ ਹੈ ਅਤੇ ਇੱਕ ਸੈਲਫ ਇੰਡੀਪੈਂਡੈਂਸੀ ਵੀ ਹੋ ਜਾਂਦੀ ਹੈ ਬੱਚੇ ਨੂੰ ਅਕਲ ਆ ਜਾਂਦੀ ਹੈ ਛੇਤੀ ਬਿਲਕੁਲ ਮੈਚਿਓਰ ਹੈ ਇੱਥੇ ਮਾਪਿਆਂ ਦੇ ਸਿਰ 'ਤੇ ਹੁਣ ਕਿੰਨਾ ਕੁ ਆਪਾਂ ਕਰ ਸਕਦੇ ਹਾਂ ਇੱਥੇ ਇਹ ਵੀ ਫਰਕ ਪੈ ਜਾਂਦਾ ਨਾ ਜਿਹੜੇ ਵਿਆਹੇ ਹੁੰਦੇ ਉਹਨਾਂ ਦੇ ਜਵਾਕ ਵੀ ਹੋ ਜਾਂਦੇ ਉਹ ਨਹੀਂ ਮੈਚਿਓਰ ਹੁੰਦੇ ਉੱਥੇ +2 ਵਾਲਾ ਹੀ ਮੈਚਿਓਰ ਹੋ ਜਾਂਦਾ ਬਿਲਕੁਲ ਇੱਦਾਂ ਹੁੰਦਾ ਅਸੀਂ ਤਾਂ ਕੀ ਦੇਖੀਏ ਆਪਣੇ ਬਥੇਰੇ ਹੈਗੇ ਐਵੇਂ ਹੈਗੇ ਬਥੇਰੇ ਅਤੇ ਜਿਹੜੇ ਇਸ ਵੇਲੇ ਸਟੂਡੈਂਟਸ ਨੇ ਜਾਂ ਜਿਨ੍ਹਾਂ ਨੇ ਪਲਾਨ ਕੀਤਾ ਬਾਹਰ ਦਾ ਨਹੀਂ ਕੀਤਾ ਮੈਚਿਓਰਿਟੀ ਲੈਵਲ ਦੀ ਮਾਇੰਡ ਸੈੱਟ ਦੀ ਜੇ ਗੱਲ ਕਰੀਏ ਉਹਨਾਂ ਨੂੰ ਤੁਸੀਂ ਕੀ ਕਹੋਗੇ ਜਿਨ੍ਹਾਂ ਨੇ ਤਾਂ ਸੈੱਟ ਕਰ ਲਿਆ ਮਾਇੰਡ ਆਈ ਵਿਲ ਰਿਕੁਐਸਟ ਦੈਮ ਟੂ ਜਸਟ ਟੇਕ ਇਨ ਦੇਅਰ ਮਾਇੰਡਸ ਕਿ ਤੁਸੀਂ ਡਟ ਕੇ ਮਿਹਨਤ ਵੀ ਕਰਨੀ ਹੈ ਉੱਥੇ ਜਾ ਕੇ ਅੱਜ ਕੱਲ੍ਹ ਬਹੁਤ ਹੋ ਰਿਹਾ ਡਿਪਰੈਸ਼ਨ ਹੋ ਰਿਹਾ ਹੈ ਨਾ ਬੰਦੇ ਥੱਕ ਕੇ ਹਾਰਟ ਅਟੈਕਸ ਵੀ ਆ ਰਹੇ ਨੇ ਪਰ ਇੱਥੇ ਹੀ ਜੇ ਆਪਾਂ ਇੱਕ ਵਾਰ ਮਾਇੰਡ ਸੈੱਟ ਕਰ ਲਈਏ ਨਾ ਕਿ 5 ਸਾਲ ਆਪਾਂ ਬਸ ਕੰਮ ਕਰਨਾ ਡਟ ਕੇ ਲਾ ਲਓ ਅਤੇ ਫਿਰ 5 ਸਾਲ ਬਾਅਦ ਐਸ਼ ਹੈ ਜਾਂ 5 ਸਾਲ ਐਸ਼ ਕਰ ਲਓ 50 ਸਾਲ ਕੰਮ ਕਰ ਲਓ ਜਾਂ 5 ਸਾਲ ਕੰਮ ਕਰਕੇ 50 ਸਾਲ ਐਸ਼ ਕਰ ਲਓ ਇਹ ਹਾਲ ਹੈ ਯਾ ਇਟ ਡਿਪੈਂਡਸ ਔਨ ਦਾ ਪਰਸਨ ਅਤੇ ਗੱਲ ਇਹੀ ਹੈ ਬਸ ਇੱਦਾਂ ਹੀ ਕਰਨਾ ਚਾਹੀਦਾ ਕਿ 5 ਸਾਲ ਮਿਹਨਤ ਕਰ ਲਓ ਤੁਸੀਂ ਕਦੋਂ ਚੱਲੇ ਹੁਣ ਮੇਰਾ ਬਸ ਮੇਰਾ ਮੇਨ ਟੇਕ ਹੈ ਆਪਾਂ ਚੱਲੇ ਅਪ੍ਰੈਲ 'ਚ ਚਲੋ ਠੀਕ ਆ ਤੁਹਾਨੂੰ ਗੁੱਡ ਲੱਕ ਫਿਰ ਪਹੁੰਚੋ ਤੁਸੀਂ ਥੈਂਕ ਯੂ ਮੋਹਾਲੀ 70 ਸੈਕਟਰ ਦੇ ਵਿੱਚ ਮੈਂ ਆਈ ਸੀ ਆਇਲਸ ਸੈਂਟਰ ਇੱਥੇ ਹੈਗੇ ਆ ਜਿੰਨੇ ਵੀ ਇੱਥੇ ਸਟੂਡੈਂਟਸ ਮਿਲੇ ਸਾਰੇ ਆਇਲਸ ਵਾਲੇ ਮੈਂ ਤੁਹਾਨੂੰ ਪਹਿਲੀ ਕਿਹਾ ਸੀ ਅੱਜ ਮੈਂ ਥੋੜ੍ਹਾ ਦਿਨੇ ਜੇ ਆ ਗਈ ਕਿਉਂਕਿ ਕਲਾਸਿਸ ਦਾ ਟਾਈਮ ਹੈਗਾ ਆ ਉਹ ਬ੍ਰੇਕ ਦੇ ਵਿੱਚ ਜਿਹੜੇ ਆਏ ਸੀ ਮੈਂ ਜਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੁਸੀਂ ਗੱਲਾਂ ਬਾਤਾਂ ਵੀ ਸੁਣ ਲਈਆਂ ਉਹਨਾਂ ਦਾ ਮਾਇੰਡ ਸੈੱਟ ਕੀ ਕਹਿੰਦਾ ਆ ਕੀ ਸੋਚਣਾ ਉਹਨਾਂ ਦਾ ਬਾਹਰ ਜਾਣ ਨੂੰ ਲੈ ਕੇ ਆਇਲਸ ਨੂੰ ਲੈ ਕੇ ਪੀਟੀ ਨੂੰ ਲੈ ਕੇ ਤੁਸੀਂ ਸਾਰੀਆਂ ਗੱਲਾਂ ਬਾਤਾਂ ਸੁਣ ਹੀ ਲਈਆਂ ਕਮੈਂਟ ਕਰਕੇ ਦੱਸਿਓ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਾ ਜੇ ਤੁਸੀਂ ਯੂਟਿਊਬ ਦੇਖ ਰਹੇ ਹੋ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਹੁਣ ਮੈਨੂੰ ਨੀਲਮ ਕੁਈਨ ਨੂੰ ਦਿਓ ਇਜਾਜ਼ਤ ਤੁਸੀਂ ਦੇ ਦਿਓ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਟੇਕ ਕੇਅਰ ਬਾਏ ਸਤਿ ਸ਼੍ਰੀ ਅਕਾਲ